ਪੰਜਾਬ ਦੇ ਵਿੱਚ ਇਸ ਵਕਤ ਸਿੱਖਿਆ ਤੰਤਰ ਦੀ ਗੱਲ ਕਰੀਏ ਤਾਂ ਉਹ ਡਾਵਾ ਡੋਲਜਾ ਲੱਗ ਰਿਹਾ ਕਿਉਂਕਿ ਜਿਨ੍ਹਾਂ ਨੇ ਸਿੱਖਿਆ ਦੇਣੀ ਆ ਉਹ ਆਪਣੇ ਹੱਕਾਂ ਦੇ ਲਈ ਲੜਾਈ ਲੜ ਰਹੇ ਨੇ ਉਹਨਾਂ ਨੂੰ ਇਹ ਨਹੀਂ ਇਸ ਵਕਤ ਹਾਲਾਤ ਪਤਾ ਲੱਗ ਰਹੇ ਕਿ ਉਹਨਾਂ ਦੇ ਹੱਕ ਸੁਰੱਖਿਅਤ ਹੈ ਜਾਂ ਨਹੀਂ ਹੈ ਲੰਮਾ ਸਮਾਂ ਹੋ ਗਿਆ ਸੰਘਰਸ਼ ਕਰਦਿਆਂ ਨੂੰ ਕੱਚੇ ਮੁਲਾਜ਼ਮ ਜਿਹੜੇ ਨੇ ਕੱਚੇ ਟੀਚਰ ਨੇ ਹਲੇ ਤੱਕ ਪੱਕੇ ਨਹੀਂ ਕੀਤੇ ਗਏ ਉਹਨਾਂ ਦੀਆਂ ਮੰਗਾਂ ਨਹੀਂ ਸੁਣੀਆਂ ਗਈਆਂ ਸਰਕਾਰ ਹਮੇਸ਼ਾ ਉਹਨਾਂ ਨੂੰ ਪ੍ਰੋਸਾ ਦਿੰਦੀ ਹੈ ਵੀ ਅਸੀਂ ਉਹਨਾਂ ਦੇ ਹੱਕ ਦੀ ਗੱਲ ਕਰਦੇ ਹਾਂ ਪਰ ਜਦੋਂ ਹੱਕ ਦੀ ਗੱਲ ਕਰਨ ਦੀ ਵਾਰੀ ਆਉਂਦੀ ਹੈ ਉਦੋਂ ਸਰਕਾਰ ਮੁਨਕਰ ਹੋ ਜਾਂਦੀ ਹੈ ਕੁਝ ਅਧਿਆਪਕ ਸਾਡੇ ਨਾਲ ਮੌਜੂਦ ਨੇ ਹਾਲੀ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਇੱਕ ਬੈਠਕ ਰੱਖੀ ਗਈ ਸੀ ਜਿਹਦੇ ਵਿੱਚ ਅਧਿਆਪਕਾਂ ਦੇ ਮੁੱਦੇ ਵਿਚਾਰਨ ਦੀ ਗੱਲ ਕੀਤੀ ਗਈ ਸੀ ਤੇ ਨਾਲ ਇਹ ਕਿਹਾ ਗਿਆ ਸੀ ਕਿ ਅਧਿਆਪਕਾਂ ਦੇ ਜਿੰਨੇ ਵੀ ਮਸਲੇ ਨੇ ਉਹਨਾਂ ਨੂੰ ਹੱਲ ਕੀਤਾ ਜਾਵੇਗਾ ਇੱਕ ਮੀਟਿੰਗ ਕੀਤੀ ਗਈ ਲੰਮਾ ਸਮਾਂ ਮੀਟਿੰਗ ਚੱਲੀ ਪਰ ਉਸ ਮੀਟਿੰਗ ਦੇ ਵਿੱਚ ਕੋਈ ਵੀ ਉਹਦਾ ਤੱਥ ਨਹੀਂ ਨਿਕਲਿਆ ਕੋਈ ਵੀ ਸਾਰ ਨਹੀਂ ਹੋਇਆ ਉਹਦੇ ਵਿੱਚ ਸਿਰਫ ਗੋਲਮੋਲ ਜਵਾਬ ਮਿਲੇ ਨੇ ਕੋਈ ਨਤੀਜੇ ਤੇ ਨਹੀਂ ਮੀਟਿੰਗ ਪਹੁੰਚੀ ਅਧਿਆਪਕਾਂ ਤੋਂ ਪੁੱਛਦੇ ਆ ਕਿ ਸਰਕਾਰ ਦੇ ਸਰਵੇਖਣ ਨੂੰ ਕਿੱਦਾਂ ਦੇਖਦੇ ਨੇ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਬਲਜੀਤ ਸਿੰਘ ਹੈ ਜੀ ਬਲਜੀਤ ਜੀ ਕਿੱਦਾਂ ਦੇਖਦੇ ਹੋ ਸਰਕਾਰ ਮੀਟਿੰਗਾਂ ਕਰ ਰਹੀ ਹੈ ਬੈਠਕਾਂ ਕਰ ਰਹੀ ਹੈ ਅਧਿਆਪਕਾਂ ਨੂੰ ਫਿਰ ਗੋਲਮੋਲ ਜਿਹੇ ਸਵਾਲ ਜਵਾਬ ਜੀ ਦੇ ਕੇ ਵਾਪਸ ਤੋਰ ਦਿੱਤਾ ਜਾਂਦਾ ਹੱਕ ਦੀ ਗੱਲ ਨਹੀਂ ਹੋ ਰਹੀ ਕਿੱਦਾਂ ਦੇਖਦੇ ਸਰ ਅਸਲ ਦੇ ਵਿੱਚ ਸਰਕਾਰ ਚਾਹੁੰਦੀ ਨਹੀਂ ਹੈ ਵੀ ਸਿੱਖਿਆ ਤੰਤਰ ਨੂੰ ਸਹੀ ਲੀਹਾਂ ਤੇ ਲਿਆਂਦਾ ਜਾਵੇ ਜੇ ਸਰਕਾਰ ਐਦਾਂ ਚਾਹੁੰਦੀ ਹੁੰਦੀ ਤਾਂ ਮੁੱਖ ਮੰਤਰੀ ਸਾਹਿਬ ਆਪ ਖੁਦ ਅਧਿਆਪਕਾਂ ਨਾਲ ਸਾਂਝੇ ਦੇ ਆਪਕ ਮੋਰਚੇ ਨਾਲ ਬੈਠ ਕੇ ਮੀਟਿੰਗ ਕਰਦੇ ਉਹ ਆਪਣੇ ਸਿੱਖਿਆ ਮੰਤਰੀ ਸਾਹਿਬ ਨੂੰ ਆਪਣੇ ਬਿਹਾਫ ਤੇ ਮੀਟਿੰਗ ਕਰਨ ਲਈ ਨਾ ਕਹਿੰਦੇ ਜੇ ਕਹਿੰਦੇ ਵੀ ਤਾਂ ਕੋਈ ਉਹਦੇ ਵਿੱਚ ਠੋਸ ਹੱਲ ਨਿਕਲਦਾ ਕਿਉਂਕਿ ਪਿਛਲੀ ਮੀਟਿੰਗ ਦੇ ਵਿੱਚ ਜਦੋਂ ਸ਼ਾ ਆਪਣਾ ਨਕੌਦਰ ਸ਼ਾਹਕੋਟ ਇਲੈਕਸ਼ਨ ਸੀਗਾ ਉਦੋਂ ਪਹਿਲਾਂ ਉਸ ਮੀਟਿੰਗ ਦੇ ਵਿੱਚ ਇਹਨਾਂ ਨੇ ਸਾਨੂੰ ਕਿਹਾ ਸੀਗਾ ਸਾਂਝੇ ਦੇ ਆਪਕ ਮੋਰਚੇ ਕੋਲੇ ਪਹਿਲੀ ਪ੍ਰਾਇੋਰਟੀ ਦੇ ਵਿੱਚ ਮੰਗੇ ਸੀ ਵੀ ਜਿਹੜੇ ਕੱਚੇ ਮੁਲਾਜ਼ਮ ਹੈ ਉਹਨਾਂ ਨੂੰ ਉਹਨਾਂ ਦੀ ਬਣਦੀ ਤਨਖਾਹ ਦੇ ਉੱਪਰ ਰੈਗੂਲਰ ਪੇ ਸਕੇਲ ਦੇ ਉੱਪਰ ਸਿੱਖਿਆ ਵਿਭਾਗ ਵਿੱਚ ਲਿਆ ਕੇ ਰੈਗੂਲਰ ਕੀਤਾ ਜਾਊਗਾ ਪਰ ਕੱਲ ਵਾਲੀ ਮੀਟਿੰਗ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਉਹ ਇਸ ਵਾਅਦੇ ਤੋਂ ਵੀ ਆਪਣੇ ਤੋਂ ਮੂੰਨਕਰ ਹੋ ਚੁੱਕੀ ਹੈ ਤੇ ਉਹਨਾਂ ਦਾ ਏਜੰਡਾ ਇਹ ਰਿਆ ਨਹੀਂ ਹੈ ਉਹਨਾਂ ਦਾ ਏਜੰਡਾ ਬਸ ਇਹ ਹੋ ਗਿਆ ਵੀ ਅਧਿਆਪਕਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨਾਂ ਨੂੰ ਟਾਲੀ ਚੱਲੋ ਤਾਂ ਕਿ ਜਿਹੜਾ ਸਿੱਖਿਆ ਤੰਤਰ ਹੈ ਉਹ ਕਿਤੇ ਸਹੀ ਲੀਹਾਂ ਤੇ ਨਾ ਆ ਜਾਏ ਸਾਡੇ ਪੰਜਾਬ ਦੇ ਜਿਹੜੇ ਗਰੀਬ ਵਰਗ ਦੇ ਬੱਚੇ ਕਿਤੇ ਪੜ੍ਹ ਲੈ ਕੇ ਕਿਤੇ ਉੱਚੀਆਂ ਪੋਸਟਾਂ ਦੇ ਨਾਲ ਚ ਬੜੀ ਹੈਰਾਨੀ ਦੀ ਗੱਲ ਆ ਇੱਕ ਪਾਸੇ ਦਾਅਵੇ ਹੁੰਦੇ ਨੇ ਕਿ ਅਸੀਂ ਪੰਜਾਬ ਨੂੰ ਸਿੱਖਿਅਤ ਕਰਨਾ ਏ ਅਸੀਂ ਪੰਜਾਬ ਦੇ ਲਈ ਹੱਕਾਂ ਦੇ ਲਈ ਗੱਲ ਕਰਨੀ ਆ ਸਰਕਾਰਾਂ ਜਦੋਂ ਵੀ ਸੱਤਾ ਦੇ ਵਿੱਚ ਆਉਂਦੀ ਨੇ ਇਹੀ ਵਾਅਦੇ ਕਰਦੀਆਂ ਨੇ ਕਿ ਅਸੀਂ ਸਰਕਾਰ ਜਿੰਨੀ ਵੀ ਬਣਾਵਾਂਗੇ ਉਹਦੇ ਵਿੱਚ ਸਾਡੀ ਮੁੱਖ ਜਿਹੜੀ ਕੋਸ਼ਿਸ਼ ਹੋਵੇਗੀ ਉਹ ਆਮ ਲੋਕਾਂ ਦੀ ਸਹੂਲਤ ਨੂੰ ਵਧਿਆ ਕਰਨਾ ਹੋਵੇਗਾ ਪਰ ਸਹੂਲਤ ਦੀ ਜਦੋਂ ਗੱਲ ਆਉਂਦੀ ਆ ਉਦੋਂ ਕਿਤੇ ਨਾ ਕਿਤੇ ਸਰਕਾਰ ਜਿਹੜੀ ਆ ਸਿੱਖਿਆ ਤੰਤਰ ਆ ਕਿਉਂਕਿ ਇਹੀ ਮੋੜ ਹੁੰਦਾ ਸਮਾਜ ਦਾ ਇੱਥੋਂ ਵਿਦਿਆਰਥੀਆਂ ਨੇ ਪੜ੍ਹਨਾ ਤੇ ਵਿਦਿਆਰਥੀਆਂ ਨੇ ਅੱਗੇ ਵਧਣਾ ਤੇ ਉਸ ਸਿੱਖਿਆ ਤੰਤਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੋ ਰਹੀ ਆ ਕੀ ਕਾਰਨ ਕੀ ਲੱਗਦਾ ਕਿ ਅਧਿਆਪਕਾਂ ਨੂੰ ਲਗਾਤਾਰ ਟਾਲੂ ਟਾਲਮਟਾਲ ਕੀਤਾ ਜਾ ਰਿਹਾ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਪਰ ਮੀਟਿੰਗਾਂ ਦੇ ਸਿੱਟੇ ਨਹੀਂ ਨਿਕਲ ਰਹੇ ਤੱਤ ਸਰ ਕਿ ਲੱਗਦਾ ਕਿਉਂ ਇਦਾਂ ਕੀਤਾ ਜਾ ਰਿਹਾ ਤੱਤ ਸਰਤਾ ਇਹੀ ਹੈ ਜੀ ਇਹਦਾ ਅਸਲ ਦੇ ਵਿੱਚ ਜਦੋਂ ਕੋਈ ਵੀ ਪਾਲਿਸੀ ਬਣਦੀ ਹੈ ਪਾਲਿਸੀ ਬਣਾਉਣ ਤੋਂ ਪਹਿਲਾਂ ਉਹਦੇ ਗਰਾਉਂਡ ਲੈਵਲ ਦੀਆਂ ਰਿਐਲਿਟੀਆਂ ਦੇਖੀਆਂ ਜਾਂਦੀਆਂ ਗਰਾਉਂਡ ਲੈਵਲ ਤੇ ਉਹਨੂੰ ਸਟੱਡੀ ਕੀਤਾ ਜਾਂਦਾ ਹੁਣ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਆਪਣੇ ਸਿੱਖਿਆ ਮੰਤਰੀ ਸਾਹਿਬ ਨੇ ਕਿਹਾ ਸੀਗਾ ਜਿਹੜੀਆਂ ਬਦਲੀਆਂ ਦੇ ਵਿੱਚ ਬੜੀ ਪਾਰਦਰਸ਼ਤਾ ਲਿਆਦੀ ਜਾਂਦੀ ਜਾਵੇਗੀ ਪਰ ਉਹਨਾਂ ਦੇ ਇੱਕ ਦਿਨ ਬਿਆਨ ਤੋਂ ਆਉਣ ਤੋਂ ਬਾਅਦ ਹੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬਦਲੀਆਂ ਦਾ ਜਿਹੜਾ ਲਿਸਟਾਂ ਜਾਰੀ ਹੋ ਗਈਆਂ ਜਿਸ ਮੁੱਦੇ ਤੇ ਅੱਜ ਮંત્રી ਸਾਹਿਬ ਦੇ ਨਾਲ ਗੱਲ ਕਰਨੀ ਸੀਗੀ ਉਸ ਮੁੱਦੇ ਦੇ ਉੱਪਰ ਵੀ ਉਹ ਨਹੀਂ ਆਏ ਹਰ ਇੱਕ ਗੱਲ ਤੇ ਉਹਨਾਂ ਨੇ ਇਹੀ ਕਿਹਾ ਪਿਛਲੇ ਦਿਨੀ ਇੱਕ ਹੋਰ ਵਿਵਾਦ ਛੇੜ ਦਿੱਤਾ ਗਿਆ ਵੀ ਅਧਿਆਪਕ ਸਕੂਲਾਂ ਦੇ ਵਿੱਚ ਕੁਰਤੇ ਪਜਾਮੇ ਨਹੀਂ ਪਾ ਕੇ ਜਾਣਗੇ ਪਹਿਲੀ ਗੱਲ ਤਾਂ ਕੋਈ ਅਧਿਆਪਕ ਕੁਰਤਾ ਪਜਾਮਾ ਸਕੂਲਾਂ ਦੇ ਵਿੱਚ ਪਾ ਕੇ ਹੀ ਨਹੀਂ ਜਾਂਦਾ ਪਰ ਜੇ ਪਾ ਕੇ ਵੀ ਜਾਂਦਾ ਤਾਂ ਫਿਰ ਵੀ ਇਹ ਕੁਰਤਾ ਪਜਾਮਾ ਸਾਡੇ ਪੰਜਾਬੀ ਸੱਭਿਆਚਾਰ ਦਾ ਇੱਕ ਅੰਗ ਹੈ ਇੱਕ ਸਾਡਾ ਵਿਰਸਾ ਹੈ ਜੇ ਅਸੀਂ ਏਸਾ ਛੋਟੀਆਂ-ਛੋਟੀਆਂ ਗੱਲਾਂ ਦੇ ਵਿੱਚ ਹੀ ਅਧਿਆਪਕਾਂ ਨੂੰ ਰੋੜੀ ਰੱਖਾਂਗੇ ਤਾਂ ਮੈਨੂੰ ਲੱਗਦਾ ਉਹ ਆਪਦਾ ਜਿਹੜਾ ਉਹਨਾਂ ਦਾ ਮੇਨ ਫੋਕਸ ਹੈਗਾ ਬੱਚਿਆਂ ਦੀ ਸਟੱਡੀ ਵਾਲਾ ਪਾਸਾ ਜਿਹੜਾ ਹੈਗਾ ਉਹ ਤੋਂ ਤਾਂ ਉਹ ਆਪਣਾ ਜਿਹੜਾ ਦਿਮਾਗ ਹੈ ਉਹ ਪੜ੍ਹਾਈ ਵਾਲੇ ਕੰਮਾਂ ਤੇ ਨਾ ਲਾ ਕੇ ਐਵੇਂ ਫਾਲਤੂ ਦੀਆਂ ਗੱਲਾਂ ਦੇ ਵਿੱਚ ਉਲਝੇ ਰਹਿਣਗੇ ਜੋ ਜੋ ਹੀ ਇਹੀ ਸਰਕਾਰ ਚਾਹੁੰਦੀ ਹੈ ਬਿਲਕੁਲ ਕਿਤਨੇ ਕਿਤੇ ਸਰਕਾਰ ਉਲਝਾ ਕੇ ਰੱਖਣਾ ਚਾਹੁੰਦੀ ਹੈ ਇਹ ਇੱਕ ਗੱਲ ਹੋਰ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਕੀ ਤਿਆਰੀ ਹੈ ਤੁਹਾਡੇ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਜੀ 27 ਤਰੀਕ ਨੂੰ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਪਰ ਅਰਤੀ ਫੂਕ ਮਜਾਰੇ ਕੀਤੇ ਜਾ ਰਹੇ ਜੀ ਸਾਂਝੇ ਅਧਿਆਪਕ ਮੋਰਚੇ ਦੇ ਵੱਲੋਂ ਤੇ ਜੇ ਉਦੋਂ ਬਿਨਾ ਵੀ ਕੋਈ ਹੱਲ ਨਾ ਨਿਕਲੇ ਤਾਂ 5 ਅਗਸਤ ਨੂੰ ਸੀਐਮ ਸਾਹਿਬ ਦੇ ਹਲਕੇ ਦੇ ਵਿੱਚ ਝੰਡਾ ਮਾਰਚ ਕੀਤਾ ਜਾਊਗਾ ਕਿਉਂਕਿ ਸੀਐਮ ਸਾਹਿਬ ਵਾਰੀ-ਵਾਰੀ ਮਿਲਨ ਦੇ ਵਾਅਦੇ ਕਰਕੇ ਤੇ ਸਾਨੂੰ ਉੱਥੇ ਮੀਟਿੰਗਾਂ ਦੇ ਵਿੱਚ ਮਿਲਦੇ ਨਹੀਂ ਤੇ ਆਪਦੇ ਬਿਹਾਫ ਤੇ ਆਪਣੇ ਅਧਿਕਾਰੀਆਂ ਨਾਲ ਜਾਂ ਓਐਸਡੀ ਵਗੈਰਾ ਨਾਲ ਗੱਲਬਾਤ ਕਰਵਾ ਕੇ ਮੋੜ ਦਿੰਦੇ ਜਿਨ੍ਹਾਂ ਦਾ ਕੋਈ ਹੱਲ ਨਹੀਂ ਨਿਕਲਦਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਮੀਤ कौर ਹੈ ਜੀ ਮੈਡਮ ਕਿੰਨੀਆਂ ਦਿੱਕਤਾਂ ਨੇ ਸਰਕਾਰ ਦੇ ਰਵੱਈਏ ਨੂੰ ਕਿਦਾਂ ਦੇਖਦੇ ਹੋ ਤੁਸੀਂ ਜਿਹੜਾ ਅਧਿਆਪਕਾਂ ਦੇ ਲਈ ਖਾਸ ਕਰਕੇ ਅਪਣਾਇਆ ਹੋਇਆ ਹੈ ਸਰ ਬਹੁਤ ਦਿੱਕਤਾਂ ਹੀ ਦਿੱਕਤਾਂ ਹੈ ਜੀ ਸਮਝ ਨਹੀਂ ਆ ਰਿਹਾ ਵੀ ਉਹ ਐਦਾਂ ਕਿਉਂ ਕਰ ਰਹੇ ਆ ਸਾਨੂੰ ਮੀਟਿੰਗ ਦਾ ਟਾਈਮ ਦੇ ਦੰਨੇ ਆ ਸੀਐਮ ਸਾਹਿਬ ਤੇ ਮਿਲਦੇ ਹੈ ਨਹੀਂ ਕਦੇ ਵੀ ਸਾਡੀ ਮੰਗਾਂ ਦੀ ਬਿਲਕੁਲ ਸੁਣਵਾਈ ਨਹੀਂ ਹੋ ਰਹੀ ਉੱਪਰੋਂ ਜੇ ਅਸੀਂ ਸ਼ਾਂਤੀ ਮੇਂ ਢੰਗ ਨਾਲ ਪ੍ਰੋਟੈਸਟ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਤਾਂ ਹੁਣ ਸਿੱਖਿਆ ਮੰਤਰੀ ਨਵੀਂ-ਨਵੀਂ ਧਮਕੀਆਂ ਦੇ ਰਹੇ ਆ ਕਿ ਕੋਈ ਐਵੇਂ ਪ੍ਰੋਟੈਸਟ ਕੀਤਾ ਕਿਸੇ ਨੇ ਤੇ ਮੈਂ ਉਹਦੀ ਖੈਰ ਨਹੀਂ ਪਤਾ ਨਹੀਂ ਕੀ ਕੀ ਬੋਲ ਰਹੇ ਆ ਜਿਵੇਂ ਅਸੀਂ ਐਵੇਂ ਗਲੀ 'ਚ ਕੋਈ ਫਿਰਦੇ ਹਲੋਕ ਹੁੰਨੇ ਆ ਕਿ ਅਸੀਂ ਬੜੀ ਇੱਥੇ ਮੈਂ ਇਹਨਾਂ ਦੀ ਗੱਲ ਤੇ ਜ਼ਰੂਰ ਗੌਰ ਦਿਵਾਉਣਾ ਚਾਹਾਂਗਾ ਕਿ ਪਿੱਛੇ ਦੇ ਮੁੱਖ ਮੰਤਰੀ ਦੇ ਖਿਲਾਫ ਜਿਨ੍ਹਾਂ ਨੇ ਧਰਨੇ ਦੇਣ ਦੀ ਕੋਸ਼ਿਸ਼ ਕੀਤੀ ਤਾਂ ਸਿੱਖਿਆ ਮੰਤਰੀ ਦਾ ਇਹ ਬਿਆਨ ਆਇਆ ਸੀ ਕਿ ਜਿਹੜੇ ਨੇ ਜਿਹੜੇ ਵਿਅਕਤੀ ਨੇ ਇਦਾਂ ਧਰਨਾ ਦਿੱਤਾ ਤਾਂ ਉਹਨੂੰ ਮੈਂ ਸਿੱਧਾ ਡਿਸਮਿਸ ਕਰ ਦਵਾਂਗਾ ਇਹ ਬਿਆਨ ਵੱਡੇ ਤੌਰ ਤੇ ਸੁਰਖੀਆਂ ਦਾ ਇਹਨੇ ਰੂਪ ਧਾਰਿਆ ਸੀ ਤੇ ਅਖਬਾਰਾਂ ਦੇ ਵਿੱਚ ਵੀ ਲੱਗਾ ਸੀ ਤੇ ਟੀਵੀ ਚੱਲਣ ਵਾਲਿਆਂ ਨੇ ਵੀ ਖੂਬ ਇਹਨੂੰ ਚਲਾਇਆ ਕਿ ਇੱਕ ਸਿੱਖਿਆ ਮੰਤਰੀ ਅਜਿਹਾ ਬਿਆਨ ਦੇ ਰਿਹਾ ਕਿ ਜੇ ਕਿਸੇ ਨੇ ਮੁੱਖ ਮੰਤਰੀ ਦੇ ਖਿਲਾਫ ਮੇਰੀ ਮਰਜ਼ੀ ਤੋਂ ਬਿਨਾਂ ਪ੍ਰੋਟੈਸਟ ਕਰਨ ਦੀ ਕੋਸ਼ਿਸ਼ ਕੀਤੀ ਪਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਦੀ ਨੌਕਰੀ ਤੇ ਉਹਨਾਂ ਨੇ ਸਵਾਲ ਖੜੇ ਕਰਤੇ ਵੀ ਨੌਕਰੀ ਵੀ ਖੋਹ ਲਈ ਜਾਊਗੀ ਇੱਕ ਸਿੱਖਿਆ ਮੰਤਰੀ ਅਜਿਹੇ ਬਿਆਨ ਦਿੰਦਾ ਅਧਿਆਪਕ ਸਿਰਫ ਆਪਣਾ ਹੱਕ ਮੰਗ ਰਿਹਾ ਕਿੱਦਾਂ ਦੇਖਦੇ ਤੁਸੀਂ ਸਾਰੇ ਹੀ ਤੇ ਗੱਲ ਹੈ ਕਿ ਅਸੀਂ ਕੋਈ ਨਜਾਇਜ਼ ਮੰਗ ਨਹੀਂ ਉਹਨਾਂ ਤੋਂ ਮੰਗ ਰਹੇ ਜੋ ਬਿਲਕੁਲ ਜਾਇਜ਼ ਹੈ ਸਾਡਾ ਬਣਦਾ ਹੱਕ ਹੈ ਸੀ ਉਹਦੇ ਲਈ ਡਿਮਾਂਡ ਕਰ ਰਹੇ ਹਾਂ ਔਰ 1 ਸਾਲ ਤੋਂ ਨਹੀਂ 9 9 10 10 ਹਫਤਿਆਂ ਤੋਂ ਫਿਰ ਵੀ ਉਹ ਸਾਨੂੰ ਇਦਾਂ ਦੀਆਂ ਧਮਕੀਆਂ ਦੇ ਰਹੇ ਆ ਕਿ ਡਰਾ ਰਹੇ ਆ ਉਹਦਾ ਇਮਪ੍ਰੈਸ਼ਨ ਦੇਖੋ ਨਿਊਜ਼ ਸਾਰੇ ਦੇਖਦੇ ਆ ਨਿਊਜ਼ ਚੈਨਲ ਬੱਚਿਆਂ ਤੇ ਕੀ ਪਊਗਾ ਜਾਂ ਹੋਰ ਲੋਕਾਂ ਤੇ ਆਮ ਤੇ ਕੀ ਪਊਗਾ ਕਿ ਇਹ ਟੀਚਰਸ ਤੀਸਰੇ ਦਿਨ ਸੜਕਾਂ ਤੇ ਬੈਠੇ ਹੁੰਨੇ ਆ ਸਾਨੂੰ ਮਜਬੂਰ ਕੀਤਾ ਜਾਂਦਾ ਅਸੀਂ ਇੱਥੋਂ ਫਿਰ ਸਕੂਲ ਉਦੋਂ ਸਿੱਖਿਆ ਮੰਤਰੀ ਸਾਹਿਬ ਨੂੰ ਸਕੂਲਾਂ ਦੀ ਪੜ੍ਹਾਈ ਨਹੀਂ ਨਜ਼ਰ ਆਂਦੀ ਜਦੋਂ ਅਧਿਆਪਕ ਪ੍ਰਦਰਸ਼ਨ ਕਰਦੇ ਨੇ ਉਦੋਂ ਵੀ ਸਕੂਲਾਂ ਨੂੰ ਬੰਦ ਕਰਕੇ ਜਾਂਦੇ ਨੇ ਮਜਬੂਰੀ ਬਣ ਜਾਂਦੀ ਹੈ ਅਧਿਆਪਕਾਂ ਦੀ ਤੁਸੀਂ ਵੀ ਬਹੁਤ ਸਾਰੇ ਪ੍ਰਦਰਸ਼ਨਾਂ ਦੇ ਵਿੱਚ ਸ਼ਾਮਿਲ ਹੋ ਚੁੱਕੇ ਹੋ ਔਰਤਾਂ ਨੂੰ ਮਹਿਲਾਵਾਂ ਨੂੰ ਖਾਸ ਕਰਕੇ ਬੜੀ ਦਿੱਕਤ ਹੁੰਦੀ ਕਿਉਂਕਿ ਘਰ ਦਾ ਕੰਮ ਚਲਾਉਣਾ ਹੁੰਦਾ ਉਸ ਤੋਂ ਬਾਅਦ ਵਿਦਿਆਰਥੀਆਂ ਨੂੰ ਪੜਾਉਣਾ ਹੁੰਦਾ ਤੇ ਫਿਰ ਪ੍ਰਦਰਸ਼ਨਾਂ ਦੇ ਵਿੱਚ ਸ਼ਾਮਿਲ ਹੋਣਾ ਪੈਂਦਾ ਕਿੱਦਾਂ ਦੇਖਦੇ ਆ ਜਿਹੇ ਹਾਲਾਤ ਬਣ ਚੁੱਕੇ ਨੇ ਅਧਿਆਪਕਾਂ ਦੇ ਸਰ ਬਹੁਤ ਮੁਸ਼ਕਿਲ ਹੁੰਦਾ ਸਾਡੇ ਲਈ ਕਿਸੇ ਦਾ ਦਿਲ ਨਹੀਂ ਕਰਦਾ ਕਿ ਆਪਣਾ ਕੰਫਰਟ ਜ਼ੋਨ ਤੋਂ ਬਾਹਰ ਨਿਕਲ ਕੇ ਆਪਣੇ ਘਰ-ਬਾਰ ਬੱਚਿਆਂ ਨੂੰ ਛੱਡ ਕੇ ਅਸੀਂ ਸੜਕਾਂ ਤੇ ਬੈਠੀਏ ਧੁੱਪਾਂ ਦੇ ਵਿੱਚ ਬਰਸਾਤਾਂ ਦੇ ਵਿੱਚ ਸਾਨੂੰ ਸਰਕਾਰ ਹੀ ਮਜਬੂਰ ਕਰ ਰਹੀ ਹੈ ਸਾਰਾ ਕੁਝ ਕਰਨ ਲਈ ਕੀ ਨਾਮ ਤੁਹਾਡਾ ਰੁਪਾਲੀ ਮੈਡਮ ਕਿੱਦਾਂ ਦੇਖਦੇ ਹੋ ਕਿੰਨੀਆਂ ਦਿੱਕਤਾਂ ਨੇ ਅਧਿਆਪਕਾਂ ਦੇ ਸਾਹਮਣੇ ਇਸ ਵਕਤ ਤੇ ਸਰਕਾਰ ਦੇ ਰਵੱਈਏ ਨੂੰ ਕਿੱਦਾਂ ਦੇਖਦੇ ਜਿਹੜਾ ਇਸ ਵਕਤ ਅਧਿਆਪਕਾਂ ਪ੍ਰਤੀ ਅਪਣਾਇਆ ਹੋਇਆ ਹੈ ਸਰ ਸਭ ਤੋਂ ਪਹਿਲਾਂ ਤਾਂ ਇਹ ਗੱਲ ਹੈ ਕਿ ਸਰਕਾਰ ਦੀ ਇਹ ਨੀਤੀ ਹੈ ਵੀ ਸਰਕਾਰੀ ਨੌਕਰੀਆਂ ਦੇ ਵਿੱਚ ਉਹਨਾਂ ਨੇ ਕਰੀਮ ਲੈ ਲੈਣੀ ਹੈ ਸਾਡੇ ਵਰਗੇ ਬੈਠੇ ਆ ਪੀਐਚੜੀ ਕਰਕੇ ਵੀ ਬੈਠੇ ਆ ਠੀਕ ਹੈ ਕ੍ਰੀਮ ਲੈ ਕੇ ਤੇ ਉਹਨਾਂ ਨੇ ਫੈਸਿਲਿਟੀਆਂ ਦੇਣੀਆਂ ਨਹੀਂ ਰੈਗੂਲਰ ਟੀਚਰਸ ਦੇ ਵਾਂਗ ਸਾਡੇ ਤੋਂ ਕੰਮ ਸਾਰਾ ਲਿੱਤਾ ਜਾਂਦਾ 8 ਤੋਂ 2 ਦਾ ਟਾਈਮ ਉਹਨਾਂ ਦਾ ਵੀ ਹੈ ਸਾਡਾ ਵੀ ਹੈ ਸਾਇੰਸ ਮੇਲੇ ਮੈਥ ਮੇਲੇ ਉਹਨਾਂ ਨੇ ਵੀ ਲਾਣੇ ਆ ਅਸੀਂ ਵੀ ਲਾਣੇ ਆ ਸਾਰੀਆਂ ਡਾਕਾਂ ਅਸੀਂ ਵੀ ਦੇਣੀਆਂ ਉਹਨਾਂ ਨੇ ਵੀ ਦੇਣੀਆਂ ਲੇਕਿਨ ਜਦੋਂ ਸੈਲਰੀ ਦੇਣ ਦੀ ਜਾਂ ਫੈਸਿਲਿਟੀਆਂ ਦੇਣ ਦੀ ਗੱਲ ਆਉਂਦੀ ਹੈ ਤਾਂ ਅਸੀਂ ਕੰਟਰੈਕਚੁਅਲ ਟੀਚਰਸ ਆ ਉਹ ਰੈਗੂਲਰ ਟੀਚਰਸ ਆ ਤਾਂ ਦੇਖੋ ਇੱਥੇ ਕਿੰਨਾ بڑا ਨਾਇਨਸਾਫੀ ਹੈ ਇਹ ਵੀ ਮੈਂ ਦੱਸਣਾ ਕਿ ਸਾਰੇ तकरीबन ਜਿੰਨੇ ਵੀ ਸਰਕਾਰੀ ਅਧਾਰੇ ਨੇ ਉਹਨਾਂ ਦੇ ਵਿੱਚ ਜਿਹੜੇ ਠੇਕੇ ਤੇ ਭਰਤੀ ਅਧਿਆਪਕ ਨੇ ਜਾਂ ਮੁਲਾਜ਼ਮ ਨੇ ਉਹਨਾਂ ਨੂੰ ਇੱਕ ਅਲੱਗ ਨਜ਼ਰ ਨਾਲ ਦੇਖਿਆ ਜਾਂਦਾ ਵੀ ਇਹ ਠੇਕੇ ਵਾਲੇ ਨੇ ਇਹਨਾਂ ਨੂੰ ਇਦਾਂ ਕਹਿ ਕੇ ਬੁਲਾਇਆ ਜਾਂਦਾ ਇਹ ਤੇ ਬੜੀ ਤਰਾਸ ਦੀ ਹੈ ਕਿ ਕੰਮ ਉਹ ਵੀ ਉਨਾ ਹੀ ਕਰਦੇ ਨੇ ਜਿੰਨਾ ਬਾਕੀ ਅਧਿਆਪਕ ਕਰਦੇ ਨੇ ਕਿਦਾਂ ਦੇਖਦੇ ਹੋ ਕਿ ਸਰਕਾਰ ਨੇ ਜੇ ਹੁਣ ਵੀ ਤੁਹਾਡੇ ਪ੍ਰਤੀ ਰਵੱਈਆ ਆਪਣਾ ਸਹੀ ਨਾ ਕੀਤਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਿੰਨਾ ਸੰਘਰਸ਼ ਕਰਨਾ ਪਵੇਗਾ ਕੀ ਕੀ ਤਿਆਰੀ ਨੇ ਤੁਹਾਡੀ ਸਰ ਲੇਟੈਸਟ ਐਗਜ਼ਾਮਪਲ ਤਾਂ ਹੋਣੀ ਹੋ ਕੇ ਚੁੱਕੀ ਹੈ ਮੀਟਿੰਗ ਸੀ ਸੀਐਮ ਸਾਹਿਬ ਨਾਲ ਆਇਆ ਕੋਨ ਛੜੇ এডਿਊਕੇਸ਼ਨ ਮਨਿਸਟਰ ਕਿਉਂਕਿ ਉਹਨਾਂ ਨੂੰ ਕੋਈ ਹਾਲਤਾਂ ਮਿਲਦਾ ਨਹੀਂ ਕਿੰਨੀ ਬੜੀ ਇਰਿਸਪੌਂਸਿਬਿਲਟੀ ਵਾਲੀ ਗੱਲ ਹੈ ਕਿ ਉਹਨਾਂ ਨੇ ਕਾਦਾ ਕਿਹਾ ਹੋਇਆ ਵੀ ਅਸੀਂ ਮੀਟਿੰਗ ਕਰਾਂਗੇ ਮੈਂ ਤੁਹਾਡੇ ਨਾਲ ਮੀਟਿੰਗ ਕਰਾਂਗਾ ਪਰ ਤੋ ਖੁੱਤਾ ਆਏ ਨਹੀਂ ਤੇ ਉਹਨਾਂ ਨੇ ਭੇਜ ਦਿੱਤਾ ਆਪਣੇ ਕਿਸੇ ਅੱਗੇ ਬੰਦਿਆਂ ਨੂੰ ਔਰ ਅੱਗੇ ਤੋਂ ਓਪੀ ਸੋਨੀ ਜੀ ਸਾਡੇ ਜਿਹੜੇ ਐਜੂਕੇਸ਼ਨ ਮਨਿਸਟਰ ਹੈ ਜਦੋਂ ਦੇ ਉਹ ਆਏ ਆ ਉਹਨਾਂ ਦਾ ਕੋਈ ਵੀ ਬਿਆਨ ਖਤਮ ਇਸੀ ਗੱਲ ਤੇ ਹੁੰਦਾ ਹੈ ਅਧਿਆਪਕਾਂ ਦੀ ਖੈਰ ਨਹੀਂ ਅਧਿਆਪਕਾਂ ਕਾ ਕੀ ਉਹਨਾਂ ਨੂੰ ਸ਼ੋਭਾ ਦਿੰਦਾ ਇਹ ਵਰਡ ਯੂਜ਼ ਕਰਦੇ ਹੋਏ ਖੈਰ ਨਹੀਂ ਜਦੋਂ ਨਿਊਜ਼ ਲੱਗਦੀ ਹੈ ਤੇ ਨਿਊਜ਼ ਦੇ ਵਿੱਚ ਹਮੇਸ਼ਾ ਲਿਖਿਆ ਹੁੰਦਾ ਹੈ ਐਜੂਕੇਸ਼ਨ ਮਿਨਿਸਟਰ ਵੱਲੋਂ ਤਮਕੀ ਦਿੱਤੀ ਗਈ ਕਿ ਖੈਰ ਨਹੀਂ ਕਿ ਇਹ ਸ਼ੋਭਾ ਦਿੰਦੀ ਹੈ ਗੱਲ ਉਹਨਾਂ ਨੂੰ ਖੈਰ ਨਹੀਂ ਵਾਲਾ ਵਰਡ ਯੂਜ਼ ਕਰਦੇ ਹੋਏ ਤੁਹਾਡੀ ਅਸੀਂ ਗੱਲ ਕਰੀਏ ਕੀ ਮੰਗ ਹੈਗੀ ਤੁਹਾਡੀ ਇਸ ਵਕਤ ਸਰ ਇਹ ਸਾਨੂੰ ਰੈਗੂਲਰ ਕੀਤਾ ਜਾਵੇ ਸਾਨੂੰ ਹਰ ਫੈਸਿਲਿਟੀ ਸਾਡੇ ਤੋਂ ਕੰਮ ਜੇ ਰੈਗੂਲਰ ਵਾਂਗ ਲਿੱਤਾ ਜਾਂਦਾ ਤਾਂ ਸਾਨੂੰ ਫੈਸਿਲਿਟੀਆਂ ਵੀ ਰੈਗੂਲਰੀ ਤਰ੍ਹਾਂ ਹੀ ਦਿੱਤੀਆਂ ਜਾਂ ਜਾਣ ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਅਧਿਆਪਕਾਂ ਨਾਲ ਅੱਜ ਗੱਲਬਾਤ ਕਰ ਰਹੇ ਹਾਂ ਪੁੱਛ ਰਹੇ ਆ ਕਿ ਉਹਨਾਂ ਤੋਂ ਦਿੱਕਤਾਂ ਕਈਆਂ ਕਿਹੋ ਜਿਹੀਆਂ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਨਾਲ ਦੀ ਨਾਲ ਇਹ ਵੀ ਪੁੱਛ ਰਹੇ ਆ ਕਿ ਸਰਕਾਰ ਦੇ ਰਵੱਈਏ ਨੂੰ ਉਹ ਕਿਦਾਂ ਦੇਖਦੇ ਨੇ ਕਿਉਂਕਿ ਸਰਕਾਰ ਇਸ ਵਕਤ ਜਿਹੜਾ ਅਧਿਆਪਕਾਂ ਦਾ ਜਿਹੜਾ ਆਪਾਂ ਕਹਿ ਲਈਏ ਵੀ ਤਬਕਾ ਆ ਉਹਦੇ ਨਾਲ ਕੋਈ ਖਾਸ ਵਧੀਆ ਰਵੱਈਆ ਨਹੀਂ ਰੱਖ ਰਹੀ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਜਾਂ ਹੋਰ ਵੀ ਕਈ ਇਲਜ਼ਾਮ ਜਿਹੜੇ ਨੇ ਵੀ ਸਰਕਾਰ ਕਹਿ ਰਹੀ ਵੀ ਅਧਿਆਪਕਾਂ ਤੇ ਨਵੇਂ-ਨਵੇਂ ਨਿਜਮ ਥੁਕ ਰਹੀ ਹੈ ਕਿ ਵੀ ਅਧਿਆਪਕ ਕੱਪੜੇ ਕਿਹੋ ਜਿਹੇ ਪਾ ਕੇ ਜਾਂਦੇ ਨੇ ਜਾਂ ਹੋਰ ਕਈ ਚੀਜ਼ਾਂ ਸਰਕਾਰ ਕਿਤਨੇ ਕਿਤੇ ਜਿਹੜੇ ਉਹ ਹੱਕ ਮੰਗ ਰਹੇ ਨੇ ਉਹਨਾਂ ਨੂੰ ਉਲਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇੱਥੇ ਸਾਡੇ ਨਾਲ ਜਿਹੜੇ ਅਧਿਆਪਕ ਯੂਨੀਅਨ ਦੇ ਪ੍ਰੈਸ ਖਤਰ ਮੌਜੂ ਨੇ ਇਹਨਾਂ ਤੋਂ ਪੁੱਛਦੇ ਆਂ ਵੀ ਕਿਹੋ ਜਿਹੇ ਰਵੱਈਏ ਨੂੰ ਦੇਖਦੇ ਨੇ ਸਰਕਾਰ ਦੇ ਨੂੰ ਕੀ ਨਾਮ ਤੇ ਤੁਹਾਡਾ ਮੇਰਾ ਨਾਮ ਐਂਡਿਤਵਾੜੀ ਮੈਂ ਗਵਰਨਮੈਂਟ ਟੀਚਰ ਯੂਨਿ ਬਗਿਆਨਕ ਦਾ ਪ੍ਰੈਸ ਖਤਰ ਪੰਜਾਬ ਦਾ ਕਿੱਦਾਂ ਦੇਖਦੇ ਹੋ ਸਰਕਾਰ ਦੇ ਰਵੱਈਏ ਨੂੰ ਤੇ ਇਸ ਵਕਤ ਕਿੰਨੀਆਂ ਦਿੱਕਤਾਂ ਨੇ ਕੱਲ ਵੀ ਬੈਠਕ ਹੋਈ ਬੈਠਕ ਦੇ ਵਿੱਚ ਸਿਰਫ ਭਰੋਸੇ ਦਿੱਤੇ ਗਏ ਹਲੇ ਤੱਕ ਮੰਗਾਂ ਨਹੀਂ ਮੰਨੀਆਂ ਗਈਆਂ ਕਿ ਇਦ ਦੇਖੋ ਜੀ ਤੁਹਾਨੂੰ ਜਿਵੇਂ ਪਤਾ ਹੀ ਹੈ ਬਿ ਅਧਿਆਪਕ ਵਰਗ ਕਿਉਂਕਿ ਜਦ ਮੁੱਖ ਮੰਤਰੀ ਆਪਣੇ ਬਣੇ ਨੇ ਅਮਰਿੰਦਰ ਜੀ ਉਸ ਤੋਂ ਪਹਿਲਾਂ ਉਹਨੇ ਲੋਕਾਂ ਨਾਲ ਵਾਦਾ ਕੀਤਾ ਸੀਗਾ ਬਿ ਘਰ ਘਰ ਰੋਜ਼ਗਾਰ ਲੇਕਿਨ ਸਰਕਾਰ ਨੇ ਜਿਹੜੀ ਹੁਣ ਜਿਹੜੀ ਪਾਲਿਸੀ ਚਲਾਈ ਹੈ ਦੋ ਵਾਰੀ ਲੁਧਿਆਣੇ ਹੋ ਚੁੱਕੀ ਹੈ ਰੈਲੀ ਜਲੰਧਰ ਰੈਲੀ ਆਪਣੇ ਪਟਿਆਲੇ ਰੈਲੀ ਹੋ ਚੁੱਕੀ ਹੈ ਠੀਕ ਹੈ ਜੀ ਮੀਟਿੰਗਾਂ ਹੋ ਰਹੀਆਂ ਨੇ ਪਹਿਲੀ ਗੱਲ ਤਾਂ ਮੀਟਿੰਗਾਂ ਦੇ ਵਿੱਚ ਮੁੱਖ ਮੰਤਰੀ ਸਬ ਟਾਈਮ ਦੇ ਕਿ ਆ ਹੀ ਨਹੀਂ ਰਹੇਗੇ ਕਿਉਂਕਿ ਜਿਹੜਾ ਜ਼ਿਲ੍ਹੇ ਦਾ ਠਿਕਣਾ ਸਾਡਾ ਘਰ ਦਾ ਮਤਲਬ ਵੀ ਉਹ ਜੀ ਹੈ ਵੱਡਾ ਜੀ ਹੈ ਮਾਲਕ ਹੈ ਸਾਡੇ ਘਰ ਦਾ ਤੇ ਠੀਕ ਹੈ ਨਾ ਉਹੀ ਮਤਲਬ ਉਹਦੇ ਵਿੱਚ ਪਹੁੰਚ ਨਹੀਂ ਰਿਹਾਗਾ ਵੀ ਆਪਣੇ ਬੰਦੇ ਦੀ ਮੈਂ ਕੀ ਮੈਂ ਦਿੱਕਤਾਂ ਦੂਰ ਕਰਾਂਗਾ ਉਸ ਤੋਂ ਇਲਾਵਾ ਵੀ ਜਿਹੜੇ ਵੀ ਮਤਲਬ ਜਿਵੇਂ ਮੰਤਰੀ ਸਾਹਿਬ ਬੋਲ ਰਹੇ ਨੇ ਉਹਨਾਂ ਦਾ ਧਿਆਨ ਕਿੱਥੇ ਹੈ ਜੀ ਉਹ ਕਹਿੰਦੇ ਵੀ ਉਲਝਾਉ ਦੋ ਵੀ ਇਹਨਾਂ ਦੀ ਐਡਰੈਸ ਹੈ ਜੀ ਹੋਵੇ ਫਰਣਾ ਹੋਵੇ ਢਿੰਡਕਣਾ ਹੋਵੇ ਲੇਕਿਨ ਜਿਹੜੇ ਅਧਿਆਪਕ ਐ 10 10 ਬਾਰ-ਬਾਰ ਸਾਲ ਤੋਂ ਉਹ ਕੰਮ ਕਰ ਰਹੇ ਨੇ ਠੀਕ ਹੈ ਕੋਈ 5000 ਚ ਕਰ ਰਿਹਾ ਕੋਈ 15000 ਚ ਕਰ ਰਿਹਾ ਇਵਨ ਕਿ ਕੋਈ 40000 ਚ ਵੀ ਕਰ ਰਿ ਵੀ 10300 ਰੁਪਏ ਅਸੀਂ ਦਵਾਂਗੇ ਉਹ 3 ਸਾਲ ਕੰਮ ਕਰਨਗੇ ਉਹ ਵੀ ਉਹ ਲੋਕ ਜਿਨ੍ਹਾਂ ਨੂੰ 10-12 ਸਾਲ ਕੰਮ ਕਰਦੇ ਹੋਗੇ ਨੇ ਫਿਰ ਉਹ ਬਕਾਇਦਾ ਕੋਈ ਐਵੇਂ ਨਹੀਂ ਸਾਰੇ ਟੈਸਟ ਦੇ ਕੇ ਸਾਰਾ ਕੁਝ एलिजिਬਿਲਟੀ ਪੂਰੀ ਕਰਕੇ ਆਏ ਨੇ ਉਸ ਤੋਂ ਬਾਅਦ ਉਹ ਨੀਤੀ ਬਣਾ ਰਹੇ ਨੇ ਜਦ ਕਿ ਇਹ ਨੀਤੀਆਂ ਪਹਿਲਾਂ ਹੋਣੀ ਚਾਹੀਦੀਆਂ ਸੀਗੀਆਂ ਠੀਕ ਹੈ ਲੇਕਿਨ ਜਿਹੜੀ ਹੁਣ ਨੀਤੀ ਉਹ ਬਣਾ ਰਹੇ ਨੇ ਉਹਦੇ ਨਾਲ ਕੀ ਹੈ ਵੀ ਬਹੁਤ ਲੋਕ ਹੋ ਸਕਦਾ ਜਿਵੇਂ ਕਿਸਾਨ ਸੂਸਾਈਡ ਕਰਦੇ ਨੇ ਉਹ ਲੋਕ ਵੀ ਇਹ ਜੇ ਕਦਮ ਵੀ ਚੱਕ ਸਕਦੇ ਨੇ ਉਹਦਾ ਕਾਰਨ ਇਹ ਹੈ ਵੀ ਉਹਨਾਂ ਨੇ ਉਹਨਾਂ ਦੇ ਆਪਣੇ ਪਰਿਵਾਰ ਨੇ ਉਹਨਾਂ ਦੇ ਬੱਚੇ ਨੇ ਉਹਨਾਂ ਦੇ ਕਿਸਨੇ ਘਰ ਲੋਨ ਚ ਲਿੱਤਾ ਹੋਇਆ ਉਹਦੀ ਕਿਸ਼ਤਾਂ ਦੇਣੀ ਆ ਤੇ ਇਹਦੇ ਵਿੱਚ ਜਿਹੜੀ ਸਰਕਾਰ ਪਾਲਿਸੀ ਲੈ ਕੇ ਆ ਰਹੀ ਹੈ ਬਹੁਤ ਗਲਤ ਲੈ ਕੇ ਆ ਰਹੀ ਹੈ ਔਰ ਇਹਦਾ ਸਾਨੂੰ ਬਹੁਤ ਵੱਡਾ ਨੁਕਸਾਨ ਵੀ ਹੋਣਾ ਅਧਿਆਪਕ ਵਰਗ ਨੂੰ ਕਿਉਂਕਿ ਜਿਹੜਾ ਬੰਦਾ ਜੇ ਆਪ 10000 ਚ ਆਪਣਾ ਗੁਜ਼ਾਰਾ ਨਹੀਂ ਕਰ ਸਕਦਾ ਉਹ ਕੀ ਸਿੱਖਿਆ ਦੇਊਗਾ ਕੀ ਉਹ ਤੁਸੀਂ ਗਿਆਨ ਪ੍ਰਾਪਤ ਕਰਾਂਗੇ ਬੜੀ ਹਰਾਨੀ ਦੀ ਗੱਲ ਹੈ ਕਿ ਸਰਕਾਰ ਕਹਿੰਦੀ ਹੈ ਕਿ ਅਸੀਂ ਸਮਾਜ ਨੂੰ ਉੱਪਰ ਚੁੱਕਣਾ ਤੇ ਜਿਹੜਾ ਸਮਾਜ ਨੂੰ ਜਿਨ੍ਹਾਂ ਦੇ ਉੱਪਰ ਬੀੜਾ ਹੈਗਾ ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਪੜ੍ਹਾਉਣਾ ਜੇ ਇਸ ਵਰਗ ਨੂੰ ਪੜ੍ਹਾਉਣਾ ਉਹ ਪੜ੍ਹੇ ਲਿਖੇ ਤਬਕਿਆਂ ਨੂੰ ਕਿਤੇ ਨਾ ਕਿਤੇ ਸਰਕਾਰ ਹੇਠਾਂ ਦੱਬਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਇਹਨਾਂ ਨੇ ਅੱਜ ਜੇ ਇਹ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਨੇ ਤਾਂ ਤਾਂ ਹੀ ਵਿਦਿਆਰਥੀ ਅੱਗੇ ਜਾ ਕੇ ਕੁਝ ਬਣਦੇ ਨੇ ਤੇ ਉਹ ਨਵਾਂ ਸਮਾਜ ਸਿਰਜਣ ਦੀ ਜਿਹੜੀ ਸ਼ਕਤੀ ਰੱਖਦੇ ਨੇ ਪਰ ਜੇ ਇਹ ਸ਼ਕਤੀ ਹੀ ਖਤਮ ਕੀਤੀ ਜਾਊਗੀ ਤਾਂ ਕੀ ਅਸੀਂ ਸਮਾਜ ਸਿਰਜਣ ਦੀਆਂ ਗੱਲਾਂ ਕਰਦੇ ਆਂ ਜੇ ਅਸੀਂ ਗੱਲ ਕਰੀਏ ਕੱਲ ਵੀ ਬੈਠਕ ਹੋਈ ਬੈਠਕ ਤੇ ਕੋਈ ਸਿੱਟਾ ਨਹੀਂ ਨਿਕਲਿਆ ਗੋਲਮੋਲ ਗੱਲਾਂ ਕਰ ਦਿੱਤੀਆਂ ਗਈਆਂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਸੰਘਰਸ਼ ਲਿਖਣ ਦੀ ਰਣਨੀਤੀ ਹੈ ਤੁਹਾਡੀ ਦੇਖੋ ਜੀ ਲੜਨਾ ਕੋਈ ਨਹੀਂ ਚਾਹੁੰਦਾ ਹੈਗਾ ਪਰ ਜਿੱਥੇ ਆਪਣੇ ਹੱਕ ਆ ਉਹਦੇ ਲਈ ਲੜਨਾ ਹੀ ਪੈਂਦਾ ਹੈ ਗੱਲ ਇਹ ਹੈ ਵੀ ਅਸੀਂ ਸਰਕਾਰ ਨਾਲ ਗੱਲਬਾਤ ਕਰਕੇ ਦੇਖ ਰਹੇ ਆਂ ਵੀ ਜਿਹੜੀ ਅਧਿਆਪਕ ਮਸਲੇ ਨੇ ਉਹ ਬੈਕ ਕਿੰਨੀ ਵੜ ਜਾਣ ਦਾ ਬਹੁਤ ਵਧੀਆ ਗੱਲ ਆ ਪਰ ਮੈਨੂੰ ਲੱਗ ਨਹੀਂ ਰਿਹਾ ਵੀ ਜਿਹਾ ਜਿਹਾ ਸਰਕਾਰ ਪੁਲਸਿਆ ਖੇਢੀ ਜਾਂਦੀ ਹੈ ਬਾਰ ਬਾਰ ਜਿਵੇਂ ਲਟਕਾਣਾ ਵੀ ਬਾਰ ਬਾਰ ਟਾਈਮ ਦੇ ਕੇ ਮੁੱਖ ਮੰਤਰੀ ਸਾਹਿਬ ਨੇ ਹਾਜ਼ਰ ਨਹੀਂ ਹੋਣਾ ਇਹਦਾ ਮਤਲਬ ਹੈ ਵੀ ਉਹ ਆਪ ਚਾਹਦੇ ਨੇ ਵੀ ਸਾਡੇ ਨਾਲ ਅਧਿਆਪਕ ਲੜਨ ਲੇਕਿਨ ਇਹ ਇੱਕ ਤੁਹਾਨੂੰ ਪਤਾ ਸੁਝਬਾਨ ਕੂਮ ਹੈ ਹਰ ਬਾਰ ਉਹਨਾਂ ਦੀ ਜਿਵੇਂ ਵੀ ਜਦ ਵੀ ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਉਹਨਾਂ ਦੀ ਗੱਲ ਸੁਣ ਰਹੀ ਹੈ ਤੇ ਅਸੀਂ ਆਸ ਹਾਲੇ ਵੀ ਇਹੀ ਰੱਖ ਰਹੇ ਹਾਂ ਵੀ ਉਹ ਸਾਡੀ ਮੰਗ ਹੈ ਕਿਉਂਕਿ ਲੋਕਤੰਤਰ ਦੇਸ਼ ਹੈ ਲੋਕਤੰਤਰੀ ਕਿ ਸਾਡਾ ਢੰਗ ਹੈ ਸਾਡਾ ਹੱਕ ਹੈ ਆਪਣੇ ਹੱਕ ਲਈ ਲੜਨਾ ਮਤਲਬ ਸਾਡਾ ਫਰਜ ਹੈ ਤੇ ਅਧਿਆਪਕ ਹੀ ਲੜੂਗਾ ਤੇ ਫਿਰ ਅਸੀਂ ਕਿਉਂਕਿ ਜਿੰਨੇ ਵੀ ਆ ਹੋਰ ਮੁਲਾਜ਼ਮ ਨੇ ਉਹ ਅਧਿਆਪਕ ਵਰਗ ਨੂੰ ਦੇਖਦੇ ਨੇ ਠੀਕ ਹੈ ਨਾ ਕਿਉਂਕਿ ਉਹ ਸੇਧ ਦਿੰਦੇ ਨੇ ਤੇ ਜੇ ਅਸੀਂ ਉਹ ਮਤਲਬ ਇਹਨਾਂ ਨੂੰ ਦੱਸ ਨਹੀਂ ਸਕੇ ਵੀ ਸਾਡੇ ਨਾਲ ਕੀ ਹੋ ਰਿਹਾ ਤੇ ਹੋਰ ਕੀ ਮਤਲਬ ਵੀ ਲੋਕ ਸੋਚਣਗੇ ਕੋਈ ਹੋਰ ਮੁਲਾਜ਼ਮ ਕੀ ਕਰਨਗੇ ਪਰ ਇਹਦੇ ਵਿੱਚ ਮੇਰੇ ਖਿਆਲ ਦੇ ਵਿੱਚ ਜਿਹੜੀ ਸਰਕਾਰ ਨਾਲ ਸਾਡੀ ਹੁਣ ਲੜਾਈ ਹੈ ਮੈਨੂੰ ਲੱਗਦਾ ਹੈ ਵੀ ਜੇ ਸਰਕਾਰ ਨਾਲ ਨਹੀਂ ਤਾਂ ਫਿਰ ਆਰ ਪਾਰ ਦੀ ਹੀ ਲੜਾਈ ਹੋਊਗੀ ਆਰ ਪਾਰ ਦੀ ਲੜਾਈ ਇੱਕ ਪੜ੍ਹਿਆ ਲਿਖਿਆ ਤਬਕਾ ਹੁਣ ਗੱਲ ਕਰ ਰਿਹਾ ਵੀ ਅਸੀਂ ਆਰਪਾਈ ਲੜਾਈ ਲੜਨ ਦੇ ਲਈ ਮਜਬੂਰ ਹੋ ਜਾਵਾਂਗੇ ਜੇ ਸਰਕਾਰ ਸਹੀ ਰਵੱਈਆ ਨਹੀਂ ਰੱਖਦੀ ਮੈਡਮ ਕੀ ਨਾਮ ਤੁਹਾਡਾ ਮੇਰਾ ਨਾਮ ਅਨਾਮੀ ਕਾ ਤੁਲੀ ਹੈ ਮੈਂ ਬਤੌਰ ਐਸਐਸ ਅਧਿਆਪਕ ਸੇਵਾ ਨਿਭਾ ਰਹੀ ਹਾਂ ਅਸੀਂ ਰੋਜ਼ ਮਾਨਸਿਕ ਪਰੇਸ਼ਾਨੀ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਾਂ ਕਿਉਂਕਿ ਸਾਨੂੰ ਸਮੇਂ ਸਿਰ ਤਨਖਾਹਾਂ ਨਹੀਂ ਮਿਲ ਰਹੀਆਂ ਸਾਨੂੰ ਜਦੋਂ ਵੀ ਮੁੱਖ ਮੰਤਰੀ ਸਾਹਿਬ ਦੇ ਨਾਲ ਮੀਟਿੰਗ ਮਿਲਦੀ ਹੈ ਇੱਕ ਆਸ਼ਾ ਦੀ ਨਵੀਂ ਕਿਰਨ ਜਾਗਦੀ ਹੈ ਵੀ ਸ਼ਾਇਦ ਮੇਬੀ ਅੱਜ ਸਾਡਾ ਕੁਝ ਹੋਏਗਾ ਸ਼ਾਇਦ ਮੇਬੀ ਸਰ ਸਾਨੂੰ ਅੱਜ ਮੁੱਖ ਮੰਤਰੀ ਸਾਹਿਬ ਸਾਡੇ ਲਈ ਕੁਝ ਸੋਚਣਗੇ ਪਰ ਹਰ ਬਾਦ ਸਾਨੂੰ ਨਿਰਾਸ਼ਾ ਦਾ ਮੂੰਹ ਦੇਖਣਾ ਪੈਂਦਾ ਜਿਹੜੀ ਗੱਲ 10300 ਦੀ ਗੱਲ ਹੈ ਅੱਜ ਅਸੀਂ 40 ਸਾਲ ਦੀ ਉਮਰ ਦੇ ਵਿੱਚ ਪੂਰੇ ਪਰਿਵਾਰ ਦਾ ਪੇਟ ਪਾਲ ਰਹੇ ਆ ਸਾਡੇ ਲਈ ਬਹੁਤ ਮੁਸ਼ਕਲ ਹੋ ਜਾਊਗਾ 10300 ਦੇ ਉੱਤੇ ਕੰਮ ਕਰਨਾ ਸਾਡੇ ਬੱਚੇ ਜਿਹੜੇ ਐ ਸਕੂਲਾਂ ਚ ਉਹਨਾਂ ਦੀ ਪੜ੍ਹਾਈ ਬਜ਼ੁਰਗਾਂ ਦੀ ਦਵਾਈਆਂ ਦਾ ਘਰ ਦੇ ਰਸ਼ਨ ਪਾਣੀ ਦਾ 10300 ਦੇ ਵਿੱਚ ਗੁਜ਼ਾਰਾ ਨਹੀਂ ਹੁੰਦਾ ਦੂਸਰੀ ਗੱਲ ਇਹ ਹੈ ਕੋਈ ਸੇ ਵੀ ਕੱਚੇ ਅਧਿਆਪਕ ਨੂੰ ਈਵਨ ਕੇ ਲੋਨ ਵਾਲੀਆਂ ਕੰਪਨੀਆਂ ਲੋਨ ਵੀ ਪ੍ਰੋਵਾਈਡ ਨਹੀਂ ਕਰਦੀਆਂ ਆਗੀਆਂ ਇਹ ਤਾਂ ਸਿਰਫ ਜਦੋਂ ਚੋਨਾਂ ਦੇ ਟਾਈਮ ਸਾਡੇ ਨਾਲ ਵਾਅਦੇ ਕੀਤੇ ਗਏ ਸੀ ਕਿ ਸਭ ਤੋਂ ਪਹਿਲਾਂ ਜਿਹੜੇ ਕੱਚੇ ਅਧਿਆਪਕ ਹੈ ਕੱਚੇ ਮੁਲਾਜ਼ਮ ਹੈ ਉਹਨਾਂ ਨੂੰ ਪੱਕਾ ਕੀਤਾ ਜਾਊਗਾ ਪਰ ਹੁਣ ਸਰਕਾਰ ਲਾਰੇ ਲਪਿਆਂ ਦੇ ਵਿੱਚ ਡੰਗਟ ਪਾ ਰਹੀ ਹੈ ਸਰਕਾਰ ਨੇ ਜਦੋਂ ਆਪਾਂ ਕਹ ਲਈ ਕਾਂਗਰਸ ਨੇ ਸੱਤਾ ਦੇ ਵਿੱਚ ਆਉਣਾ ਸੀ ਬੜੇ ਵਾਅਦੇ ਕਰ ਲਏ ਤੇ ਉਹ ਵਾਅਦੇ ਹੁਣ ਪੂਰੇ ਨਹੀਂ ਹੋ ਰਹੇ ਅਸੀਂ ਮਹਿਲਾਵਾਂ ਦੀ ਗੱਲ ਕਰੀਏ ਕਿਉਂਕਿ ਤੁਹਾਡੇ ਤੇ ਬੜੀ ਜ਼ਿੰਮੇਵਾਰੀ ਹੁੰਦੀ ਹੈ ਤੁਸੀਂ ਅਧਿਆਪਕ ਨੂੰ ਪਹਿਲਾ ਸਕੂਲ ਦੇ ਵਿੱਚ ਆਣ ਕੇ ਪੜਾਉਂਦੇ ਉਸ ਤੋਂ ਬਾਅਦ ਘਰ ਦਾ ਵੀ ਕੰਮ ਸਾਂਭਣਾ ਹੁੰਦਾ ਅਜਿਹੇ ਦੌਰ ਦੇ ਵਿੱਚ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨੇ ਤੁਹਾਡੇ ਤੇ ਤੇ ਤੁਹਾਨੂੰ ਧਰਨੇ ਦੇਣੇ ਪੈ ਰਹੇ ਨੇ ਕਿੱਦਾਂ ਦੇਖਦੇ ਆ ਸਰਕਾਰ ਦੇ ਰਵੱਈਏ ਨੂੰ ਕਿ ਅਧਿਆਪਕ ਵਰਗ ਨੂੰ ਧਰਨੇ ਦੇਣ ਲਈ ਮਜਬੂਰ ਕੀਤਾ ਜਾ ਰਿਹਾ ਬਹੁਤ ਸਾਰੇ ਸਿੱਖਿਆ ਵਿਭਾਗ ਦੇ ਸਾਹਮਣੇ ਵੀ ਤੁਸੀਂ ਧਰਨੇ ਦੇ ਚੁੱਕੇ ਹੋ ਕੈਪਟਨ ਪਟਿਆਲਾ ਉਹਨਾਂ ਦੇ ਘਰ ਦੇ ਸਾਹਮਣੇ ਵੀ ਧਰਨੇ ਦੇ ਚੁੱਕੇ ਹੋ ਕਿੱਦਾਂ ਦੇਖਦੇ ਹੋ ਇਸ ਚੀਜ਼ ਨੂੰ ਸਾਡੇ ਲਈ ਇਹ ਚੀਜ਼ ਬਹੁਤ ਜ਼ਿਆਦਾ ਮੁਸ਼ਕਿਲ ਦਾ ਦੌਰ ਹੁੰਦਾ ਹੈ ਜਦੋਂ ਸਾਨੂੰ ਧਰਨਿਆਂ ਵਿੱਚ ਜਾ ਕੇ ਬੈਠਣਾ ਪੈਂਦਾ ਹੈ ਜਿਹੜੀ ਸਾਡੀ ਆਪਦੀ ਹੱਕਾਂ ਦੀ ਜਿਹੜੀ ਸਾਡੀ ਹੱਕ ਦੀ ਚੀਜ਼ ਹੈਗੀ ਆ ਉਹਨੂੰ ਸਾਨੂੰ ਮੰਗਣ ਦੇ ਲਈ ਇੱਕ ਜਿਵੇਂ ਭਿਖਾਰੀ ਦੀ ਤਰ੍ਹਾਂ ਸਾਨੂੰ ਕਟੋਰਾ ਲੈ ਕੇ ਉਹਨਾਂ ਦੇ ਸਾਹਮਣੇ ਬੈਠਣਾ ਪੈਂਦਾ ਹੈ ਇੰਨੇ ਪੜ੍ਹਨ ਲਿਖਣ ਦੇ ਬਾਵਜੂਦ ਵੀ ਅਸੀਂ ਪਹਿਲਾਂ ਘਰਾਂ ਦਾ ਕੰਮ ਕਰਦੇ ਆ ਸਕੂਲਾਂ ਦੇ ਵਿੱਚ ਆ ਕੇ ਬੱਚਿਆਂ ਨੂੰ ਪੜ੍ਹਾਉਂਦੇ ਆ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰਦੇ ਆ ਉਸ ਤੋਂ ਬਾਅਦ ਸਾਨੂੰ ਜਦੋਂ ਧਰਨਿਆਂ ਵਿੱਚ ਜਾ ਕੇ ਬੈਠਣਾ ਪੈਂਦਾ ਹੈ ਤਾਂ ਸਾਨੂੰ ਪਰਿਵਾਰ ਵੱਲੋਂ ਵੀ ਨਾਰਾਜ਼ਗੀ ਦਾ ਸੈਂ ਕਰਨਾ ਪੰਦਾ ਹੈ ਉਹਨਾਂ ਦੀ ਤਾਂ ਅਸੀਂ ਸਰਕਾਰ ਵੱਲੋਂ ਇਹ ਚਾਉਂਦੇ ਆਂ ਵੀ ਉਹ ਸਾਨੂੰ ਦੱਸਣ ਵੀ ਉਹ ਕੀ ਚਾਹੁੰਦੇ ਨੇਗੇ ਵੀ ਉਹਨਾਂ ਨੇ ਟੀਚਰਾਂ ਦਾ ਜਿਹੜੇ ਕਿ ਇਸ ਕੌਮ ਦੇ ਨਿਰਮਾਤਾ ਐ ਉਹਨਾਂ ਦੇ ਬਾਰੇ ਜੋ ਕਿ ਉਹ ਪਰੇਸ਼ਾਨੀ ਦੇ ਦੌਰ ਵਿੱਚ ਰਹਿੰਦੇ ਨੇ ਜਿਨ੍ਹਾਂ ਨੇ ਕਿ ਇੱਕ ਨਵੀਂ ਸਿਰਜਣਾ ਕਰਨੀ ਹੁੰਦੀ ਐ ਜਦੋਂ ਉਹੀ ਮਨ ਲਗਾ ਕੇ ਬੱਚੇ ਨੂੰ ਨਹੀਂ ਪੜਾ ਸਕੇਗਾ ਤਾਂ ਉਹ ਕਿਵੇਂ ਸੋਚ ਸਕਦੇ ਨੇ ਵੀ ਉਹ ਨਵਾਂ ਰਿਜ਼ਲਟ ਦੇਣਗੇ ਮਹਿਲਾ ਅਧਿਆਪਕਾਂ ਦੇ ਸਾਹਮਣੇ ਵੀ ਬਹੁਤ ਦਿੱਕਤਾਂ ਨੇ ਪਰਿਵਾਰ ਨੂੰ ਚਲਾਉਣਾ ਹੁੰਦਾ ਤੇ ਨਾਲ ਦੀ ਨਾਲ ਹੁਣ ਸਰਕਾਰ ਦੇ ਰਵੱਈਏ ਨੂੰ ਦੇਖਦੇ ਹੋਏ ਧਰਨੇ ਦੇਣੇ ਪੈ ਰਹੇ ਨੇ ਬਹੁਤ ਸਾਰੀਆਂ ਦਿੱਕਤਾਂ ਸਹਿੇੜ ਰਹੇ ਨੇ ਅਧਿਆਪਕ ਪੁੱਛਦੇ ਇਹਨਾਂ ਤੋਂ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਰੀਨਾ ਐਸਟੀਆਰ ਵੋਲੰਟੀਅਰ ਮੈਡਮ ਕਿਦਾਂ ਦੇਖਦੇ ਹੋ ਸਰਕਾਰ ਦੇ ਰਵੱਈਏ ਨੂੰ ਤੇ ਇਸ ਵਕਤ ਤੁਹਾਡੇ ਤੇ ਕਿੰਨੀਆਂ ਜ਼ਿੰਮੇਵਾਰੀਆਂ ਨੇ ਤੇ ਕਿੰਨੀਆਂ-ਕਿੰਨੀਆਂ ਦਿੱਕਤਾਂ ਹੈ ਇਸ ਵਕਤ ਤੁਹਾਨੂੰ ਸਹਿੇੜਨੀਆਂ ਪੈ ਰਹੀਆਂ ਸਰਕਾਰ ਦਾ ਰਵੱਈਆ ਤਾਂ ਸਰ ਬਹੁਤ ਖਰਾਬ ਹੈ ਸਾਡੇ ਲਈ ਅਸੀਂ 5 3 2003 ਤੋਂ ਕੰਮ ਕਰ ਰਹੇ ਹਾਂ ਤੇ 5000 ਇਸ ਟਾਈਮ ਸਾਡੀ ਸੈਲਰੀ ਬਹੁਤ ਪ੍ਰੋਬਲਮਸ ਹੈ ਮਾਨਸਿਕ ਵੀ ਲਗਾ ਲੋ ਤੇ ਸ਼ੋਸ਼ਣ ਤਾਂ ਕਰ ਹੀ ਰਹੀ ਗਵਰਨਮੈਂਟ 2003 ਤੋਂ ਹੁਣ ਤੱਕ ਬੜਾ ਲੰਮਾ ਸਮਾਂ ਹੋ ਚੁੱਕਾ ਹੈ ਤੇ ਹਾਲੇ ਤੱਕ ਵੀ ਬਹੁਤ ਘੱਟ ਤਨਖਾਹ ਦਿੱਤੀ ਜਾ ਰਹੀ ਹੈ ਕਿੱਦਾਂ ਦੇਖਦੇ ਹਾਂ ਕੀ ਮੰਗਾ ਤੁਹਾਡੀਆਂ ਸਰਕਾਰ ਤੋਂ ਕੀ ਮੰਗ ਕਰਦੇ ਸਰ ਇੰਨਾ ਟਾਈਮ ਹੋ ਗਿਆ ਹੈ ਮਤਲਬ ਸਾਰੇ ਕੁਆਲੀਫਾਈਡ ਨਹੀਂ ਤੇ ਗਵਰਨਮੈਂਟ ਨੂੰ ਚਾਹੀਦਾ ਕਿ ਹੁਣ ਰੈਗੂਲਰ ਈਟੀਟੀ ਪੋਸਟ ਈ ਰੈਗੂਲੇਟ ਕਰ ਦੇਣੇ ਚਾਹੀਦੇ ਤੇ ਮਤਲਬ ਪੇ ਸਕੇਲ ਪੂਰਾ ਦਿੱਤਾ ਜਾਣਾ ਚਾਹੀਦਾ ਕਿਉਂਕਿ ਬਹੁਤ ਲੌਂਗ ਟਾਈਮ ਹੋ ਗਿਆ 15 16 ਸਾਲ ਮੈਕਸਿਮਮ ਹੋ ਚੁੱਕੇ ਹਨ ਕੰਮ ਕਰਦੇ ਆਂ ਹੋਰੇ ਅਧਿਆਪਕ ਸਾਡੇ ਨਾਲ ਮੌਜੂਦ ਨੇ ਇਹਨਾਂ ਤੋਂ ਪੁੱਛਦੇ ਹਾਂ ਕਿ ਇਹਨਾਂ ਦਾ ਇਸ ਬਾਰੇ ਕੀ ਕਹਿਣਾ ਕਿਉਂਕਿ ਅਧਿਆਪਕਾਂ ਦੀਆਂ ਸਮੱਸਿਆਵਾਂ ਨੂੰ ਇਸ ਵਕਤ ਸਰਕਾਰ ਅਣਗੌਲੀਆਂ ਕਰ ਰਹੀ ਹੈ ਕਿ ਨਾਮ ਜੀ ਤੁਹਾਡਾ ਜਗਤੀਪ ਕੌਰ ਮੈਡਮ ਕਿੱਦਾਂ ਦੇਖਦੀ ਹੋ ਸਰਕਾਰ ਦੇ ਰਵੱਈਏ ਨੂੰ ਤੇ ਇਸ ਵਕਤ ਤੁਹਾਡੇ ਤੇ ਕਿੰਨੀਆਂ ਜ਼ਿੰਮੇਵਾਰੀਆਂ ਨੇ ਅਧਿਆਪਕ ਐ ਦਾ ਅਧਿਆਪਕ ਕਿਉਂਕਿ ਅਧਿਆਪਕ ਸਿਰਜਣਾ ਕਰਦੇ ਨੇ ਸਮਾਜ ਦੀ ਤੇ ਉਹਨਾਂ ਤੇ ਹੀ ਸਰਕਾਰ ਦਾ ਰਵੱਈਆ ਕੋਈ ਖਾਸ ਨਹੀਂ ਜਾਪ ਰਿਹਾ ਤੇ ਤੁਹਾਨੂੰ ਕਿੰਨੀਆਂ ਦਿੱਕਤਾਂ ਸੇ ਝੇੜਨੀਆਂ ਪੈ ਰਹੀਆਂ ਨੇ ਤੇ ਸਰਕਾਰ ਦੇ ਰਵੱਈਏ ਨੂੰ ਕਿੱਦਾਂ ਦੇਖਦੇ ਠੀਕ ਹੈ ਸਰਕਾਰ ਦਾ ਰਵਈਏ ਇੱਕ ਤਰ੍ਹਾਂ ਨਾਲ ਸਦ੍ਰਮ ਮਤਰੀਆਂ ਵਰਗਾ ਕਿ ਜਿੰਨਾ ਕਿ ਇੱਕ ਟੀਚਰ ਨੂੰ ਮਾਨਸਿਕ ਅਧਿਕਾਰ ਮਿਲਣਾ ਚਾਹੀਦਾ ਜੋ ਸਹੂਲਤਾਂ ਸਾਡੇ ਲਈ ਦੀ ਸਭ ਤੋਂ ਪਹਿਲਾਂ ਦੇਖੋ ਸਿੱਖਿਆ ਹੀ ਇਹ ਕਹੇ ਜਾਂ ਚੀਜ਼ ਹੈ ਜਿਹੜੀ ਕਿਸੇ ਬੱਚੇ ਦਾ ਬੀਸ ਬਣਾਉਂਦੀ ਹੈ ਜ਼ਿੰਦਗੀ ਬਣਾਉਂਦੀ ਹੈ ਇਹ ਹੀ ਜਿਹੜਾ ਬੱਚੇ ਦਾ ਬੀਸ ਬਣਾਣਾ ਜ਼ਿੰਦਗੀ ਬਣੀ ਅੱਗੇ ਜਾ ਕੇ ਇੱਕ ਦੇਸ਼ ਦਾ ਭਵਿੱਖ ਬਣਾ ਰਿਹਾ ਔਰ ਇਟ ਮੀਨਸ ਆਪਾਂ ਆਪਣੇ ਦੇਸ਼ ਦੇ ਭਵਿੱਖ ਨੂੰ ਹੀ ਅਣਗੌਲਾ ਕਰ ਰਹੇ ਆ ਜੇ ਆਪਣੇ ਦੇਸ਼ ਦੇ ਬਾਰੇ ਆਪਾਂ ਸੋਚਦੇ ਆ ਤਾਂ ਸਭ ਤੋਂ ਪਹਿਲਾਂ ਸਾਨੂੰ ਪ੍ਰਾਇਮਰੀ ਸਕੂਲ ਤੋਂ ਸ਼ੁਰੂ ਕਰਨਾ ਪਏਗਾ ਇੱਕ ਬੇਸਿਕ ਸਿੱਖਿਆ ਜਿਹੜੀ ਆ ਮੁੱਢਲੀ ਸਾਡੀ ਸਿੱਖਿਆ ਆ ਜੇ ਉਹ ਇੱਕ ਮਜ਼ਬੂਤ ਹੋ ਸਕਦੀ ਆ ਤਾਂ ਹੀ ਆਪਾਂ ਦੇਸ਼ ਦੀ ਮਜ਼ਬੂਤੀ ਬਾਰੇ ਸੋਚ ਸਕਦੇ ਆ ਔਰ ਇਹ ਜਿਹੜੀ ਸਿੱਖਿਆ ਮਜ਼ਬੂਤ ਹੋਣ ਦੇ ਲਈ ਸਾਨੂੰ ਪਹਿਲਾਂ ਹਾਲਾਤਾਂ ਨੂੰ ਸਮਝਣਾ ਪਏਗਾ ਜਿਵੇਂ ਕਿ ਅਸੀਂ ਪ੍ਰਾਇਮਰੀ ਸਕੂਲ ਦੇ ਵਿੱਚ ਦੇਖਦੇ ਆ ਕਿ ਆਪ ਇੱਕ ਵੈਸੇ ਬਣ ਗਿਆ ਹੋਇਆ ਕਿ ਇੱਥੇ ਗਰੀਬ ਬੱਚੇ ਹੀ ਪੜਦੇ ਨੇ ਮੋਸਟ ਜਿਹੜੇ ਆਪਣੇ ਆਪ ਨੂੰ ਮੰਨਦੇ ਆ ਕਿ ਸਾਡੇ ਕੋਲ 4 ਪੈਸੇ ਆਗੇ ਉਹ ਪ੍ਰਾਈਵੇਟ ਨੂੰ ਬਣਾਉਂਦੇ ਉਹ ਕਰਖਦੇ ਔਰ ਇਹ ਜਿਹੜੇ ਕਰੀਬ ਤੱਕ ਆਪਾਂ ਬੋਲ ਦਿੰਦੇ ਆ ਇਹ ਹੀ ਸਾਡਾ ਅੱਗੇ ਭਵਿੱਖ ਹੈ ਜੀ ਇਹਨਾਂ ਨੂੰ ਆਪਾਂ ਸਹੂਲਤਾਂ ਦੇ ਕੇ ਇੱਕ ਵਧੀਆ ਭਵਿੱਖ ਅਗਰ ਆਪਾਂ ਇਹਨਾਂ ਨੂੰ ਇਗਨੋਰ ਕਰਦੇ ਆ ਇਹ ਸਾਡੇ 네ਗੇਟਿਵ ਪੁਆਇੰਂਟਸ ਆ ਜਾਂਦਾ ਹੈ ਇਹ ਹੀ ਚੋਰੀਆਂ ਜਾਂ ਡਕੈਤੀਆਂ ਜਾਂ ਅੱਗੇ ਜਾ ਕੇ ਜਿਹੜਾ ਸਮਾਜ ਦੀਆਂ ਕੁਰੀਤੀਆਂ ਪੈਦਾ ਕਰਦੇ ਆ ਜੇ ਆਪਾਂ ਇਸ ਚੀਜ਼ ਨੂੰ ਪਹਿਲਾਂ ਹੀ ਸਮਝ ਲਈਏ ਇਹਨਾਂ ਨੂੰ ਇੱਕ ਅੱਛੀ ਸਿੱਖਿਆ ਦੇ ਕੇ ਇੱਕ ਸਿਰਜਣਾਤਮਕ ਸਿੱਖਿਆ ਦੇ ਕੇ ਔਰ ਇਦਾਂ ਦੀ ਸਹੂਲਤ ਆ ਦੀ ਕਿ ਇਹਨਾਂ ਦੇ ਵਿੱਚ ਪੋਜ਼ਿਟਿਵ ਥਿੰਕਿੰਗ ਆਵੇ ਨਾ ਕਿ ਨੈਗੇਟਿਵ ਆਵੇ ਇਹਨਾਂ ਨੂੰ ਲੱਗੇ ਕਿ ਮਿਹਨਤ ਕਰਨ ਦਾ ਇੱਥੇ ਫਲ ਮਿਲ ਰਿਹਾ ਜਦੋਂ ਸਾਨੂੰ ਇਹ ਲੱਗੇ ਕਿ ਮਿਹਨਤ ਦਾ ਫਲ ਨਹੀਂ ਫਿਰ ਉੱਥੇ ਮਿਹਨਤ ਕਰਨ ਦਾ ਇੱਕ ਰਹਿ ਨਹੀਂ ਜਾਂਦਾ ਜਜ਼ਬਾ ਇਹਨਾਂ ਨੂੰ ਇਹ ਲੱਗੇਗਾ ਸਾਡੀ ਮਿਹਨਤ ਕੀਤੀ ਇੱਕ ਸਾਰਥਕ ਰੂਪ ਲੈ ਰਹੀ ਹੈ ਸਾਨੂੰ ਇੱਕ ਇੱਜ਼ਤ ਮਿਲਲੀ ਹੈ ਤਾਂ ਇਹ ਆਟੋਮੈਟਿਕਲੀ ਸਾਡੇ ਸਮਾਜ ਦੇ ਲਈ ਵਧੀਆ ਹੀ ਸੋਚਣਗੇ ਵਧੀਆ ਹੀ ਕਰਨਗੇ ਤਾਂ ਮੇਰਾ ਇੱਥੇ ਤੱਕ ਦਾ ਮੰਨਣਾ ਹੈ ਕਿ ਪ੍ਰਾਇਮਰੀ ਸਕੂਲ ਨੂੰ ਜਿੰਨੀਆਂ ਸਹੂਲਤਾਂ ਮਿਲ ਸਕਦੇ ਜਿਵੇਂ ਕਿ ਜੇ ਕੋਈ ਗ੍ਰਾਂਟ ਦੇ ਰੂਪ ਵਿੱਚ ਸਹਾਇਕ ਹੋਏ ਸਾਨੂੰ ਅਧਿਆਪਕਾਂ ਨੂੰ ਹਾਂਜੀ ਜੀ ਮੈਂ ਇਹਨਾਂ ਨੂੰ ਪੱਕੇ ਨਹੀਂ ਕੀਤਾ ਇੱਕ ਮਾਨਸਿਕ ਜਿਹੜੀ ਹੈਗੀ ਆ ਉਹ ਸਥਿਤੀ ਦੇ ਨਾਲ ਉਹ ਜੂਝ ਰਹੇ ਆ ਜਿਹੜਾ ਬੰਦਾ ਇੱਕ ਇੰਨਾ ਟਾਈਮ ਲਗਾ ਕੇ ਹਾਰਡ ਵਰਕ ਕਰ ਰਿਹਾ ਉਹਨੂੰ ਤੁਸੀਂ 5000 ਦੀ ਦਿਹਾੜੀ ਦਿਹਾੜੀ ਤੋਂ ਵੀ ਨੀਚੇ ਦਿਹਾੜੀ ਨਾਲ ਤੋਂ ਵੀ ਨੀਚੇ ਆ ਤਾਂ ਉਹ ਕਿੰਨੀ ਮਿਹਨਤ ਕਰਾ ਸਕੇਗਾ ਹਰੇਕ ਕੋਈ ਜਿਹੜੇ ਕੰਮ ਦੀ ਅਗਰ ਅੱਛੀ ਉਹਨੂੰ ਮਿਲ ਰਹੀ ਆ ਫਲ ਮਿਲ ਰਿਹਾ ਤਾਂ ਉਹਦੇ ਵਿੱਚ ਉਨਾ ਹੀ ਜ਼ਿਆਦਾ ਕਰੇਜ ਹੁੰਦਾ ਉਨਾ ਹੀ ਜ਼ਿਆਦਾ ਉਤਸ਼ਾਹ ਹੁੰਦਾ ਜੀ ਤੇ ਜਿਹੜੇ ਹੁਣ ਅਸੀਂ ਤੁਹਾਡੀ ਗੱਲ ਕਰੀਏ ਮਹਿਲਾਵਾਂ ਨੂੰ ਵੀ ਧਰਨੇ ਦੇ ਵਿੱਚ ਸ਼ਾਮਿਲ ਹੋਣਾ ਪੈ ਰਿਹਾ ਜਿਹੜੇ ਮਹਿਲਾ ਅਧਿਆਪਕ ਨੇ ਕਿੱਦਾਂ ਦੇਖਦੇ ਆ ਸਰਕਾਰ ਦੇ ਸਰਵੇਏ ਨੂੰ ਕਿ ਉਹਨਾਂ ਨੇ ਜਿਹੜੇ ਪੜਾਅ ਲਿਖਿਆ ਵਰਗ ਆ ਉਹਨੂੰ ਧਰਨੇ ਦੇਣ ਲਈ ਮਜਬੂਰ ਕਰ ਦਿੱਤਾ ਹੈ ਬਿਲਕੁਲ ਜੀ ਇਹ ਤਾਂ ਕਿਉਂ ਅਸੀਂ ਜਦੋਂ ਮਿਹਨਤ ਕਰਦੇ ਸੀ ਅਸੀਂ ਐ ਸੋਚਦੇ ਸੀ ਕਿ ਹਾਂ ਅਸੀਂ ਆਪਣੇ گاਾਂ ਦੇਸ਼ ਦੇ ਲਈ ਕੁਝ ਕਰਨਾ ਹੈ ਅਸੀਂ ਆਪਣੇ ਬੱਚਿਆਂ ਨੂੰ ਜਿਹੜੇ ਸਾਡੇ ਕੋਲ ਪੜਨ ਵਾਲੇ ਉਹਨਾਂ ਨੂੰ ਇੱਕ ਸਿਰਜਣਾਤਮਕ ਸਿੱਖਿਆ ਦਵਾਗੇ ਸਹੂਲਤਾਂ ਦਵਾਗੇ ਪਰ ਅੱਜ ਅਸੀਂ ਆਪਣੀਆਂ ਹੀ ਸਮੱਸਿਆਵਾਂ ਵਿੱਚ ਉਲਝ ਕੇ ਰਹਿ ਗਏ ਆ ਜੇ ਆਪਾਂ ਸਟਾਫ ਦੀ ਗੱਲ ਕਰਦੇ ਆ ਸਾਡੇ ਕੋਲ ਸਟਾਫ ਪੂਰਾ ਨਹੀਂ ਹੁੰਦਾ ਡਾਕ ਦੇ ਰੂਪ ਵਿੱਚ ਸਾਨੂੰ ਇੱਕ ਤਰ੍ਹਾਂ ਨਾਲ ਦਿੱਕਤ ਆ ਰਹੀ ਹੈ ਕਿ ਡਾਕ ਲੈ ਕੇ ਜਾਓ ਜੀ ਹੁਣੇ ਤੁਸੀਂ ਕਲਾਸ ਛੱਡ ਕੇ ਹੀ ਜਾਓ ਕਲਾਸ ਨੂੰ ਇੰਪੋਰਟੈਂਸ ਘੱਟ ਦਿੱਤੀ ਜਾਂਦੀ ਹੈ ਜਿਹੜਾ ਸਾਡੇ ਕਲੈਰੀਕਲ ਵਰਕ ਹੈ ਉਹਦੇ ਤੇ ਜ਼ਿਆਦਾ ਜ਼ੋਰ ਦੇ ਦਿੱਤਾ ਜਾਂਦਾ ਹੈ ਜਿਹਦੇ ਕਰਕੇ ਸਾਡੀ ਉਹ ਉਸ ਤੋਂ ਬਿਨਾ ਸਾਡੀ ਸਹੂਲਤਾਂ ਬਲ ਕੋਈ ਨਹੀਂ ਦੇ ਇਹ ਆ ਕੇ ਇਹ ਜ਼ਰੂਰ ਪ੍ਰੈਸ਼ਰਾਈਜ਼ ਕਰਦੇ ਤੁਹਾਡੇ ਆ ਚੀਜ਼ ਨਹੀਂ ਆ ਉਹ ਚੀਜ਼ ਨਹੀਂ ਪਰ ਇਹ ਆਣੀ ਕਿੱਥੋਂ ਹੈ ਇਹਦਾ ਕੋਈ ਸੋਰਸ ਨਹੀਂ ਜਿਵੇਂ ਸਾਡੇ ਕੋ ਬਿਜਲੀ ਦੇ ਬਿੱਲ ਨੇ ਉਹ ਸਾਨੂੰ ਜਿਵੇਂ ਸਾਡੇ ਹੈੱਡ ਦੀ ਹੀ ਜ਼ਿਆਦਾ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਕਿੱਥੋਂ ਅਰੇਂਜ ਕਰਨੇ ਹਰ ਮੰਥਲੀ ਉਹ ਇਸ਼ੂ ਬਣ ਜਾਂਦਾ ਹੈ ਜੇ ਅਗਰ ਸਾਡੇ ਕੋ ਬਿਜਲੀ ਦਾ ਨਹੀਂ ਆ ਸੀਗਾ ਬਾਕੀ ਫੈਸਿਲਿਟੀਆਂ ਬਾਰੇ ਕਿਵੇਂ ਸੋਚਾਂਗੇ ਆਪਾਂ ਕੂਲਰ ਜਾਂ ਕੁਝ ਹੋਰ ਲਗਾਉਣ ਦੇ ਬਾਰੇ ਕਿਵੇਂ ਸੋਚਾਂਗੇ ਬਹੁਤ ਸਾਰੀਆਂ ਦਿੱਕਤਾਂ ਨੇ ਹੈਡਸਅੱਪ ਸਾਡੇ ਨਾਲ ਮੌਜੂਦ ਨੇ ਨਾ ਤੋਂ ਵੀ ਇੱਕ ਵਾਰੀ ਪੁੱਛ ਲੈਣੇ ਆ ਕਿ ਪ੍ਰਾਇਮਰੀ ਸਕੂਲ ਨੂੰ ਚਲਾਉਣ ਦੇ ਵਿੱਚ ਇੰਨੀਆਂ ਦਿੱਕਤਾਂ ਤੁਹਾਨੂੰ ਸਹੀੜਨੀਆਂ ਪੈ ਰਹੀਆਂ ਨੇ ਤੇ ਸਰਕਾਰ ਦਾ ਉੱਪਰ ਰਵੱਈਆ ਕਿਹੋ ਜਿਹਾ ਹੈ ਦੇਖੋ ਜੀ ਪ੍ਰਾਇਮਰੀ ਜਿਹੜੀ ਐਜੂਕੇਸ਼ਨ ਹੈ ਨਾ ਉਹਦੇ ਨਾਲ ਤਾਂ ਮੇਰੇ ਖਿਆਲ ਸਿਰਕਾਰ ਜਿਵੇਂ ਮਤਰੇ ਪੁੱਤਵਾਗਾ ਆਪਾਂ ਮਤਲਬ ਵੀ ਕਰਦੇ ਨਾ ਵਹਿਜਾ ਬਿਹੇਵ ਕਰ ਰਹੀ ਆ ਉਹਦਾ ਕਾਰਨ ਕੀ ਹੈ ਕਾਰਨ ਇਹ ਆ ਵੀ ਬਿਜਲੀ ਦੇ ਬਿੱਲ ਤੁਸੀਂ ਅਰੇਂਜ ਕਰ ਰਹੇ ਨੇ ਬੱਚਿਆਂ ਦੇ ਬੈਠਲੇ ਰਹੇ ਤੁਸੀਂ ਕਰਨਾ ਸਫਾਈ ਤੁਸੀਂ ਕਰਨਾ ਕੋਈ ਜਿਹੜਾ ਹੀ ਬੰਦਾ ਹੋਊਗਾ ਨਾ ਉਹ ਆਹੀ ਚ ਕੋਈ ਸਫਾਈ ਨਹੀਂ ਹੋਏਗੀ ਉਹਨੇ ਅਸਤਕ ਇਹ ਨਹੀਂ ਦਿਖਿਆ ਪੀਐਨ ਸਕੂਲ ਚ ਹੈਗਾ ਕਿ ਨਹੀਂ ਹੈਗਾ ਈਵਨ ਕਿ ਬਹੁਤ ਸਾਰੇ ਟੀਚਰ ਕੀ ਕਰਦੇ ਸਾਨੂੰ ਪਤਾ ਵੀ ਪਾਣੀ ਖਤਮ ਹੋ ਗਿਆ ਸੀ ਟੈਂਕਰ ਲੱਭ ਰਹੇ ਆ ਠੀਕ ਹੈ ਨਾ ਜੀ ਅਸੀਂ ਕਲਾਸ ਛੱਡ ਕੇ ਟੈਂਕਰ ਦੇ ਤੁਰੇ ਫਿਰੇ ਸਾਨੂੰ ਟੈਂਕਰ ਮਿਲ ਜੂਗੇ ਜਿੰਨੇ ਆਣਾ ਉਹਨਾਂ ਨੂੰ ਬੱਚੇ ਵੀ ਮਿੱਡੇ ਮੀਲਸ ਬਣ ਰਿਆ ਸੀਗਾ ਬੱਚੇ ਲਈ ਪਾਣੀ ਨਹੀਂ ਹੈਗਾ ਰੀਜ਼ਨ ਕੀ ਹੈ ਵੀ ਸਰਕਾਰ ਦਾ ਇਸ ਵੱਲ ਧਿਆਨ ਨਹੀਂ ਹੈਗਾ ਦੂਜਾ ਕੀ ਹੈ ਦੂਜੇ ਪਾਸੇ ਕੀ ਹੈ ਵੀ ਜਿਹੜੇ ਟੀਚਰ ਪੜਾ ਰਹੇ ਨੇ ਠੀਕ ਹੈ ਨਾ ਜੀ ਨਾ ਤਾਂ ਕੋਈ ਗ੍ਰਾਂਟ ਆ ਚਲੋ ਗ੍ਰਾਂਟ ਵੀ ਕੀ ਦੇਣੀ ਜਦੋਂ ਤਨਖਾਹੀ ਨਹੀਂ ਦੇ ਸਕਦੀ ਹੈਗੀ ਸਰਕਾਰ ਠੀਕ ਹੈ ਨਾ ਅਸੀਂ ਕਹਿੰਨੇ ਜੀ ਘੱਟੋ-ਘੱਟ ਜਿਸ ਅਧਿਆਪਕ ਨੇ ਉਹਨੂੰ ਪੜ੍ਹਾਣਾ ਬੱਚੇ ਨੂੰ ਉਹਦਾ ਜਿਹੜਾ ਰੋਜ਼ਗਾਰ ਹੈ ਉਹ ਸੁਰੱਖਿਅਤ ਹੋਣਾ ਚਾਹੀਦਾ ਤੇ ਸੁਰੱਖਿਆ ਦੇ ਨਾਲ ਨਾਲ ਕੀ ਜਿਹੜੀ ਦੀ ਇਨਕਮ ਹੈ ਉਹ ਐਜੀ ਹੋਣੀ ਵੀ ਘੱਟ-ਘੱਟ ਉਹ ਨੂੰ ਲੱਗੇ ਵੀ ਮੈਂ ਵਾਕਈ ਟੀਚਰ ਆ ਮੈਂ ਗੁਰੂ ਆ ਤੇ ਜਦ ਕਿ ਹਾਲਾਤ ਕੀ ਕਰ ਖਲਾਲਕ ਤਾਂ ਉਹਨੂੰ ਐਂ ਰਖਾ ਕੇ ਕਿ ਬੰਦੂਆ ਮਜ਼ਦੂਰ ਜੀ ਨੇ ਹੁੰਦਾ ਨਾ ਉਸ ਤਰੀਕ ਦੀ ਮਤਲਬ ਨੀਤੀ ਬਣਾ ਰੱਖੀ ਆ ਇਹ ਪ੍ਰਾਈਵੇਟੇਸ਼ਨ ਦਾ ਕਾਰਜ ਆ ਤੇ ਸਾਨੂੰ ਐਂ ਲੱਗਦਾ ਵੀ ਸਰਕਾਰ ਨਾਲ ਇਹਨਾਂ ਬੱਚਿਆਂ ਦੀ ਜਿਹੜੀ ਹੈ ਐਜੂਕੇਸ਼ਨ ਖੋਣਾ ਚਾਹਂਦੀ ਹੈ ਤੇ ਖੋਣ ਲਈ ਉਹ ਹਟਕ ਹੱਤਕੰਡੇ ਅਪਣਾ ਰਹੀ ਹੈ ਕਿਵੇਂ ਅਸੀਂ ਮਤਲਬ ਪ੍ਰਾਈਵੇਟੇਸ਼ਨ ਕਰੀਏ ਸਕੂਲਾਂ ਨੂੰ ਪ੍ਰਾਈਵੇਟ ਕਰੀਏ ਤੇ ਮਤਲਬ ਜਿਹੜੀ ਗਰੀਬ ਬੱਚਿਆਂ ਦੀ ਜਿਹੜੀ ਸਿੱਖਿਆ ਇਹਨੂੰ ਖੋ ਲਈਏ ਗਰੀਬ ਬੱਚਿਆਂ ਦੀ ਸਿੱਖ ਕਿੰਨੇ ਕਿਤੇ ਇਲਜ਼ਾਮ ਤਰਾਸ਼ੀਆਂ ਹੋ ਰਹੀਆਂ ਨੇ ਅਧਿਆਪਕ ਵਰਗ ਆਪਣੀ ਮਿਹਨਤ ਦੇ ਸਦਕਾ ਜਿਨ੍ਹਾਂ ਨੂੰ ਜ਼ਿੰਮੇਵਾਰੀ ਮਿਲੀ ਹੈ ਪ੍ਰਾਇਮਰੀ ਸਕੂਲਾਂ ਦੀ ਜਾਂ ਹੋਰ ਸਕੂਲਾਂ ਦੀ ਉਹ ਬੜੀ ਕੋਸ਼ਿਸ਼ ਕਰਦੇ ਨੇ ਕਿ ਸਕੂਲ ਨੂੰ ਵਧੀਆ ਬਣਾਇਆ ਜਾਵੇ ਬੇਸ਼ੱਕ ਸਰਕਾਰਾਂ ਉੱਥੇ ਸਹੂਲਤਾਂ ਉਹਨੀਆਂ ਨਹੀਂ ਦੇ ਰਹੀਆਂ ਪਰ ਫਿਰ ਵੀ ਉਹ ਆਪਣੇ ਇਲਾਕੇ ਦੇ ਆਪਣੇ ਲੋਕ ਜਿਹੜੇ ਨੇ ਸਹਿਰਦ ਲੋਕ ਹੁੰਦੇ ਨੇ ਉਹਨਾਂ ਦੀ ਮਦਦ ਲੈ ਕੇ ਸਕੂਲ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਫਿਰ ਵੀ ਜਿਹੜੀ ਸਰਕਾਰ ਆ ਉਹ ਇਨ੍ਹਾਂ ਅਧਿਆਪਕਾਂ ਦੀ ਛਲਾਗਾ ਤਾਂ ਕੀ ਕਰਨੀ ਉਹਨਾਂ ਨੂੰ ਬਣਦੇ ਹੱਕ ਵੀ ਨਹੀਂ ਦੇ ਰਹੀ ਫਿਲਹਾਲ ਦੇਖਣਾ ਹੋਵੇਗਾ ਕਿ ਸਰਕਾਰ ਦਾ ਇਹ ਰਵਈਆ ਕਦੋਂ ਤੱਕ ਇਦਾਂ ਹੀ ਰਹੇਗਾ ਤੇ ਪੜ੍ਹਿਆ ਲਿਖਿਆ ਵਰਗ ਕਦੋਂ ਤੱਕ ਸੜਕਾਂ ਤੇ ਧਰਨੇ ਦੇਣ ਲਈ ਮਜਬੂਰ ਹੁੰਦਾ ਰਹੇਗਾ